ਹੈਲੋ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਿੰਪਲੀਫਿਕੇਸ਼ਨ ਦੇ ਉਹ ਵਾਲੇ ਸਮ ਕਰਾਂਗੇ ਜਿਹੜੇ ਕਿ ਪੰਜਾਬ ਪੁਲਿਸ ਕਾਂਸਟੇਬਲ ਦੇ 2023 ਦੇ ਪੇਪਰ ਦੇ ਵਿੱਚ ਆ ਚੁੱਕੇ ਨੇ। ਅਤੇ ਸਿੰਪਲੀਫਿਕੇਸ਼ਨ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਇੱਕ ਐਕਸਪੋਨੈਂਸ਼ੀਅਲ ਸਿੰਪਲੀਫਿਕੇਸ਼ਨ ਆਉਂਦੀ ਆ, ਜਾਣੀ ਕਿ ਘਾਤ ਅਤੇ ਘਾਤ ਅੰਕ ਵਾਲੀ ਸਿੰਪਲੀਫਿਕੇਸ਼ਨ ਆਉਂਦੀ ਆ, ਜਿਹਦੇ ਬਹੁਤ ਜ਼ਿਆਦਾ ਸਮ ਸਿੰਪਲੀਫਿਕੇਸ਼ਨ ਦੇ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਆ ਚੁੱਕੇ ਨੇ। ਇੱਕ ਪੇਪਰ ਦੇ ਵਿੱਚ ਤਿੰਨ ਤਿੰਨ ਸਮ ਆਏ ਨੇ ਘਾਤ ਵਾਲੇ, ਜਿਹੜੇ ਕਿ ਤੁਹਾਡੇ ਸਾਹਮਣੇ ਮੈਂ ਲਿਖੇ ਹੋਏ ਨੇ ਇਸ ਲੈਵਲ ਦੇ, ਸੇਮ ਇਸੇ ਵੇ ਦੇ ਵਿੱਚ ਆਏ ਆ, ਠੀਕ ਹੈ। ਅਤੇ ਸੇਮ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਵਿੱਚੋਂ ਹੀ ਮੈਂ ਲਏ ਆ। ਜਿਹੜੇ ਸਟੂਡੈਂਟਸ ਨੇ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ 2023 ਦੇ ਵਿੱਚ ਦਿੱਤਾ, ਤੁਹਾਡੀ ਮੇਲ ਦੇ ਉੱਪਰ ਤੁਹਾਡੀ ਆਂਸਰ ਕੀ ਆਈ ਹੋਣੀ ਆ, ਤੁਸੀਂ ਉਹਨੂੰ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ। ਸੇਮ ਇਸੇ ਤਰ੍ਹਾਂ ਦੇ ਸਮ ਹਰੇਕ ਪੇਪਰ ਦੇ ਵਿੱਚ ਦੋ ਦੋ ਤਿੰਨ ਤਿੰਨ ਆਏ ਹੋਏ ਆ। ਕਿਸੇ ਪੇਪਰ ਦੇ ਵਿੱਚ ਤਾਂ 12-13 ਵੀ ਦੇਖੇ ਗਏ ਆ ਸਿੰਪਲੀਫਿਕੇਸ਼ਨ ਟੋਪਿਕ ਦੇ ਵਿੱਚੋਂ, ਜਿਹਦੇ ਵਿੱਚ ਡੈਸੀਮਲ ਐਂਡ ਫਰੈਕਸ਼ਨ ਕਵਰ ਕੀਤੀ ਆ ਉਹਨਾਂ ਨੇ, ਠੀਕ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ, ਆਪਣੀ ਇਹ ਕਲਾਸ ਸਟਾਰਟ ਕਰਨ ਤੋਂ ਪਹਿਲਾਂ, ਇਹ ਸਮ ਸੋਲਵ ਕਰਵਾਉਣ ਤੋਂ ਪਹਿਲਾਂ, ਮੈਂ ਤੁਹਾਨੂੰ ਘਾਤ ਅਤੇ ਘਾਤ ਅੰਕ ਜਾਣੀ ਕਿ ਐਕਸਪੋਨੈਂਸ਼ੀਅਲ ਐਂਡ ਪਾਵਰ ਦੇ ਕੁਝ ਰੂਲ ਦੱਸਣ ਲੱਗੀ ਹਾਂ। ਉਹਨਾਂ ਰੂਲ ਨੂੰ ਜੇਕਰ ਤੁਸੀਂ ਸਮਝ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਈਜ਼ੀ ਅਤੇ ਬਹੁਤ ਸੌਖੇ ਢੰਗ ਨਾਲ ਸਮਝ ਆ ਸਕਦਾ ਇਹ ਟੋਪਿਕ, ਜੇਕਰ ਤੁਸੀਂ ਰੂਲ ਨੂੰ ਮੇਰੇ ਨਾਲ ਇੱਕ ਵਾਰੀ ਕਵਰ ਕਰੋਗੇ। ਤਾਂ ਸਭ ਤੋਂ ਪਹਿਲਾਂ ਮੈਂ ਰੂਲ ਲਿਖਣ ਲੱਗੀ ਹਾਂ। ਜਦੋਂ ਸੇਮ ਨੰਬਰ, ਮੈਂ ਇੱਥੇ ਸੇਮ ਨੰਬਰ ਲਿਖ ਰਹੀ ਹਾਂ, ਜਿਵੇਂ ਏ ਸੇਮ ਨੰਬਰ ਮਲਟੀਪਲਾਈ ਹੋਣ, ਏ ਦੀ ਪਾਵਰ ਐਮ ਮਲਟੀਪਲਾਈ ਬਾਏ ਏ ਦੀ ਪਾਵਰ ਐਨ, ਸੇਮ ਨੰਬਰ ਮਲਟੀਪਲਾਈ ਹੋ ਰਹੇ ਆ, ਤਾਂ ਉਸ ਸਮੇਂ ਦੇਖੋ ਜਿਹੜੀ ਉੱਪਰ ਲਿਖੀ ਆ ਨਾ, ਇਹਦੇ ਸਿਰ ਦੇ ਉੱਪਰ ਲਿਖਿਆ, ਇੱਕ ਨੰਬਰ ਦੇ ਉੱਪਰ ਇੱਕ ਨੰਬਰ ਲਿਖਿਆ, ਇਹਨੂੰ ਬੋਲਦੇ ਆ ਪਾਵਰ, ਠੀਕ ਹੈ। ਜਿਹੜਾ ਏ ਦੇ ਉੱਪਰ ਆ ਨੰਬਰ ਲਿਖਿਆ ਹੋਇਆ ਐਨ, ਇਹਦੇ ਸਿਰ 'ਤੇ ਲਿਖਿਆ ਵਾ, ਇਹਨੂੰ ਬੋਲਦੇ ਆ ਪਾਵਰ। ਅਤੇ ਜਿਹੜਾ ਨੰਬਰ ਪਿਆ ਵਾ, ਇਹਨੂੰ ਬੋਲਦੇ ਆ ਬੇਸ, ਜਿਹੜਾ ਨੰਬਰ ਹੈਗਾ, ਜਿਵੇਂ ਏ ਕੀ ਆ, ਇੱਕ ਬੇਸ ਆ। ਅਤੇ ਜਦੋਂ ਸੇਮ ਨੰਬਰ ਮਲਟੀਪਲਾਈ ਹੁੰਦੇ ਆ, ਉਹਨਾਂ ਦੀ ਪਾਵਰ ਐਡ ਹੋ ਜਾਂਦੀ ਹੈ। ਇਹ ਕਨਸੈਪਟ ਯਾਦ ਰੱਖੋ, ਜਦੋਂ ਸੇਮ ਨੰਬਰ ਮਲਟੀਪਲਾਈ ਹੋਣਗੇ ਤਾਂ ਪਾਵਰ ਐਡ ਹੋ ਜਾਂਦੀ ਹੈ, ਮਤਲਬ ਏ ਰੇਸ ਟੂ ਪਾਵਰ ਐਮ ਪਲੱਸ ਐਨ। ਤਾਂ ਹੁਣ ਏ ਦੀ ਘਾਤ ਕੀ ਬਣ ਗਈ? ਐਮ ਪਲੱਸ ਐਨ। ਜਦੋਂ ਸੇਮ ਨੰਬਰ ਮਲਟੀਪਲਾਈ ਹੋ ਰਹੀ ਆ ਤਾਂ ਪਾਵਰ ਐਡ ਹੁੰਦੀ ਆ, ਪਰ ਜਦੋਂ ਸੇਮ ਨੰਬਰ ਡਿਵਾਈਡ ਹੋ ਰਹੇ ਆ ਤਾਂ ਪਾਵਰ ਮਾਈਨਸ ਹੁੰਦੀ ਆ, ਠੀਕ ਹੈ। ਪਾਵਰ ਕੀ ਹੁੰਦੀ ਆ? ਮਾਈਨਸ। ਇਹ ਕਨਸੈਪਟ ਮੈਂ ਤੁਹਾਨੂੰ ਦੱਸਦੀ ਹਾਂ, ਤੁਸੀਂ ਕੀਤੇ ਹੋਏ ਆ, ਬਸ ਤੁਹਾਨੂੰ ਡੂੰਘਾਈ ਨਾਲ ਨਹੀਂ ਪਤਾ ਗਾ ਕਿ ਹੈ ਕਿਵੇਂ ਆ। ਹੁਣ ਦੇਖੋ ਮੈਂ ਇਹਨੂੰ ਲਿਖਾਂ 2/2, ਇੱਥੇ ਕੀ ਆ, 2 ਦੀ ਪਾਵਰ 1 ਆ, 2 ਦੀ ਪਾਵਰ 1 ਆ, ਕਿਉਂਕਿ ਜਦੋਂ ਕੋਈ ਪਾਵਰ ਨਹੀਂ ਮਤਲਬ ਉਹਦੀ ਪਾਵਰ 1 ਦਿੱਤੀ ਹੋਈ ਆ, ਠੀਕ ਹੈ। ਅਤੇ ਜਦੋਂ ਸੇਮ ਨੰਬਰ ਡਿਵਾਈਡ ਹੁੰਦੇ ਆ, ਪਾਵਰ ਕੀ ਹੋ ਜਾਂਦੀ ਆ? ਮਾਈਨਸ ਹੁੰਦੀ ਆ, ਮਤਲਬ 1 - 1 ਹੋ ਗਈ, 2 ਦੀ ਪਾਵਰ 1 - 1, ਕਿਉਂਕਿ ਸੇਮ ਨੰਬਰ ਡਿਵਾਈਡ ਹੋ ਰਹੇ ਆ, ਪਾਵਰ ਮਾਈਨਸ ਹੋ ਗਈ, ਤਾਂ 2 ਦੀ ਪਾਵਰ 0। ਜਦੋਂ ਵੀ ਕਿਸੇ ਨੰਬਰ ਦੀ ਪਾਵਰ 0 ਹੋਵੇ, ਚਾਹੇ ਉਹ ਨੰਬਰ ਤੁਹਾਨੂੰ ਲੱਖਾਂ 'ਚ ਦਿੱਤਾ, ਕਰੋੜਾਂ 'ਚ ਦਿੱਤਾ, ਜੇਕਰ ਉਹਦੀ ਪਾਵਰ 0 ਲਿਖੀ ਹੈ ਨਾ, ਤਾਂ ਆਂਸਰ ਹਮੇਸ਼ਾ 1 ਹੁੰਦਾ। ਤਾਂ ਇਸੇ ਲਈ ਤੁਸੀਂ ਇੱਕ ਕਨਸੈਪਟ ਕਰਦੇ ਹਾਂ ਕਿ 2 - 2 ਕੈਂਸਲ ਹੋ ਗਿਆ, ਠੀਕ ਹੈ। ਤੁਸੀਂ ਹੁਣ ਤੱਕ ਕੀ ਕਰਦੇ ਹੋ ਕਿ 2/2 ਦਿੱਤਾ, ਤਾਂ 2 - 2 ਕੈਂਸਲ ਕਰਤਾ, ਮਤਲਬ 2 - 2 ਕੈਂਸਲ ਕਰਕੇ ਆਂਸਰ 1 ਲਿਖ ਦਿੰਦੇ ਹਾਂ। ਪਰ ਲੌਜਿਕ ਸਾਰਾ ਇਹ ਆ ਉਹਦੇ ਮਗਰ ਕਿ 1 ਆਉਂਦਾ ਕਿਵੇਂ ਆ,
ਕਲੀਅਰ? ਤਾਂ ਇਹ ਸਾਰੇ ਜਿਹੜੇ ਕਨਸੈਪਟ ਆ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣੇ ਆ। ਇਹਦੇ ਨਾਲ ਦੇ ਹੋਰ ਦੋ ਤਿੰਨ ਕਨਸੈਪਟ ਮੈਂ ਤੁਹਾਨੂੰ ਕਰਵਾਉਂਦੀ ਹਾਂ, ਜੇਕਰ ਤੁਸੀਂ ਕਨਸੈਪਟ ਸਿੱਖ ਲੈਂਦੇ ਹੋ ਤਾਂ ਇਹ ਸਮ ਤੁਹਾਨੂੰ ਈਜ਼ੀ ਲੱਗਣਗੇ। ਪਰ ਜੇ ਤੁਹਾਨੂੰ ਕਨਸੈਪਟ ਨਹੀਂ ਆਉਂਦੇ ਤਾਂ ਇਹ ਸਮ ਤੁਹਾਨੂੰ ਬਹੁਤ ਟਫ ਲੱਗਣਗੇ ਕਿ ਮੈਂ ਕੀ ਕਰਵਾ ਰਹੀ ਹਾਂ। ਤਾਂ ਸਭ ਤੋਂ ਪਹਿਲਾਂ ਜਿੰਨਾ ਹੋ ਸਕੇ ਵੀਡੀਓ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਸਾਡੇ ਨਾਲ ਜੁੜ ਸਕਣ। ਤਾਂ ਹਾਂਜੀ, ਨੈਕਸਟ ਹੈ ਹੁਣ ਆਪਣੇ ਕੋਲ ਏ ਰੇਸ ਟੂ ਪਾਵਰ ਐਮ। ਇਹ ਸੇਮ ਨੰਬਰ ਜਦੋਂ ਮਲਟੀਪਲਾਈ ਹੋ ਰਹੇ ਆ, ਸੇਮ ਨੰਬਰ ਮਲਟੀਪਲਾਈ ਹੋ ਰਹੇ ਆ, ਪਾਵਰ ਐਡ ਹੋ ਗਈ। ਜਦੋਂ ਸੇਮ ਨੰਬਰ ਡਿਵਾਈਡ ਹੁੰਦੇ ਆ, ਪਾਵਰ ਮਾਈਨਸ ਹੋ ਗਈ। ਅਤੇ ਜਦੋਂ ਸੇਮ ਨੰਬਰ ਇੱਕੋ ਨੰਬਰ ਦੀ ਪਾਵਰ ਐਮ ਦਿੱਤੀ ਆ ਅਤੇ ਬਾਹਰ ਬ੍ਰੈਕਿਟ ਦੇ ਵਿੱਚ ਐਨ ਦਿੱਤੀ ਆ, ਤਾਂ ਇਹਦਾ ਮਤਲਬ ਕੀ ਆ? ਪਾਵਰ ਆਪਸ ਦੇ ਵਿੱਚ ਮਲਟੀਪਲਾਈ ਹੋ ਜੂਗੀ। ਹੁਣ ਦੇਖੋ, ਬ੍ਰੈਕਿਟ ਦੇ ਅੰਦਰ ਐਮ ਦਿੱਤੀ ਆ, ਬਾਹਰ ਐਨ ਦਿੱਤੀ ਆ। ਇਹ 'ਚ ਸੇਮ ਨੰਬਰ ਵਾਲਾ ਕੰਸੈਪਟ ਨਹੀਂ ਲੱਗਣਾ। ਇਹਦੀ ਪਾਵਰ ਏ ਦੀ ਪਾਵਰ ਐਮ ਹੋਲ ਪਾਵਰ ਐਨ ਆ, ਤਾਂ ਇਹਦਾ ਮਤਲਬ ਏ ਪਾਵਰ ਐਮ ਇੰਟੂ ਐਨ ਹੋ ਗਿਆ। ਠੀਕ ਹੈ, ਮਤਲਬ ਆਪਸ 'ਚ ਗੁਣਾ ਹੋ ਗਈ ਪਾਵਰ। ਅਤੇ ਨੈਕਸਟ ਹੋਰ ਕਨਸੈਪਟ ਜਿਹੜੇ ਆਉਣਗੇ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਾਂਗੀ। ਸੇਮ ਨੰਬਰ ਮਲਟੀਪਲਾਈ ਹੋਣਗੇ ਤਾਂ ਪਾਵਰ ਐਡ ਹੋ ਜੂਗੀ। ਇਹ ਕਨਸੈਪਟ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇੱਥੇ ਵੀ ਸੇਮ ਨੰਬਰ ਬਣਾਵਾਂਗੇ ਅਸੀਂ, ਬੇਸ ਸੇਮ ਕਰਾਂਗੇ ਤਾਂ ਜੋ ਪਾਵਰ ਸੇਮ ਹੋ ਜੇ। ਇਹਨੂੰ ਬੋਲਦੇ ਆ ਬੇਸ। ਠੀਕ ਹੈ, ਜਿਹੜਾ ਨੰਬਰ ਆ ਉਹਨੂੰ ਕੀ ਬੋਲਦੇ ਆ? ਬੇਸ। ਜਿਹੜੀ ਉੱਪਰ ਪਾਵਰ ਦਿੱਤੀ ਆ ਉਹਨੂੰ ਬੋਲਦੇ ਆ ਘਾਤ। ਜਿਹੜਾ ਉਹਦੇ ਸਿਰ 'ਤੇ ਨੰਬਰ ਲਿਖਿਆ ਉਹਨੂੰ ਬੋਲਦੇ ਆ ਘਾਤ ਜਾਂ ਐਕਸਪੋਨੈਂਸ਼ੀਅਲ। ਠੀਕ ਹੈ, ਇਸ ਤਰ੍ਹਾਂ ਦੇ ਸਮ ਆ ਜਿਹੜੇ ਆਪਾਂ ਕਰਨ ਵਾਲੇ ਹਾਂ। ਬਸ ਦੋ ਤਿੰਨ ਕਨਸੈਪਟ ਆ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਹੋਰ ਨਾਲ ਜੋ ਵੀ ਕਨਸੈਪਟ ਨਵਾਂ ਆਉਂਦਾ ਵਾ ਉਹ ਮੈਂ ਤੁਹਾਨੂੰ ਦੱਸ ਦੇਵਾਂਗੀ, ਕਿਉਂਕਿ ਪੇਪਰ ਦੇ ਵਿੱਚ ਜ਼ਿਆਦਾਤਰ ਦੋ ਤਿੰਨ ਕਨਸੈਪਟ ਦੇਖੇ ਗਏ ਆ, ਬਾਕੀ ਇਹਦੇ ਕਨਸੈਪਟ ਤਾਂ 7-8 ਹੈਗੇ ਆ ਚੈਪਟਰ ਦੇ। ਤਾਂ ਸਭ ਤੋਂ ਪਹਿਲਾਂ ਦੇਖੋ, 8^3/4 ਦਿੱਤਾ, ਯਾਨੀ ਕਿ 8^3/4 ਦਿੱਤੀ ਹੋਈ ਆ। ਅਤੇ ਆਂਸਰ ਦੇ ਵਿੱਚ ਜਦੋਂ ਮੈਂ ਦੇਖਦੀ ਹਾਂ, ਇੱਥੇ 8^9/2 ਆ। ਜ਼ਿਆਦਾਤਰ ਸਟੂਡੈਂਟਸ 8^9/2 ਇਹਦਾ ਆਂਸਰ ਲਗਾ ਦੇਣਗੇ, ਜਦਕਿ ਜਿਹੜੇ ਸੇਮ ਆਪਸ਼ਨਸ ਆ ਉਹਨਾਂ ਦੇ ਵਿੱਚੋਂ ਇੱਕ ਆਂਸਰ ਹੁੰਦਾ। ਇਹ ਗਲਤੀ ਕਦੇ ਵੀ ਨਾ ਕਰਨਾ ਕਿ ਜੋ ਅਲੱਗ ਆਪਸ਼ਨ ਦਿੱਤੀ ਆ ਉਹਨੂੰ ਤੁਸੀਂ ਰਾਈਟ ਆਂਸਰ ਲਗਾ ਦਿਉ। ਠੀਕ ਹੈ, ਤਾਂ ਹੁਣ ਦੇਖੋ, 8^3/4 ਦਿੱਤੀ ਆ। ਜਦੋਂ ਵੀ ਕੋਈ ਅਲੱਗ ਪਾਵਰ ਅਲੱਗ ਆਪਸ਼ਨ ਪਈ ਆ, ਉਹ ਆਪਸ਼ਨ ਕਦੇ ਨਹੀਂ ਹੋਊਗੀ। ਜ਼ਿਆਦਾਤਰ ਸਟੂਡੈਂਟਸ ਕੀ ਕਰਦੇ, ਉਹੀ ਆਪਸ਼ਨ ਲਗਾ ਦਿੰਦੇ ਆ ਤੁੱਕੇ ਦੇ ਤੌਰ 'ਤੇ ਕਿ ਇਹ ਅਲੱਗ ਪਈ ਆ, ਇਹੀ ਆਂਸਰ ਹੋਊਗਾ। ਪਰ ਜਿਹੜੀਆਂ ਸੇਮ ਆਪਸ਼ਨ ਹੁੰਦੀਆਂ ਉਹਨਾਂ ਦੇ ਵਿੱਚੋਂ ਇੱਕ ਆਂਸਰ ਹੁੰਦਾ। ਹੁਣ ਮੈਂ ਇਹਨੂੰ 2 8 ਨੂੰ ਕੀ ਲਿਖ ਸਕਦੀ ਹਾਂ? 8 ਨੂੰ ਲਿਖ ਸਕਦੀ ਹਾਂ 2×2×2। ਠੀਕ ਹੈ, ਅਤੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸੇਮ ਨੰਬਰ ਮਲਟੀਪਲਾਈ ਹੋਵੇ ਤਾਂ ਪਾਵਰ ਐਡ ਹੋ ਜਾਂਦੀ ਆ। ਹੁਣ ਇੱਥੇ ਸਿੰਪਲ ਨੰਬਰ ਮੈਂ ਲਿਖਦਾ 5, ਇਹਦੀ ਪਾਵਰ ਕੋਈ ਨਹੀਂ ਗੀ, ਤਾਂ ਇਹਦੀ ਪਾਵਰ ਜੇ ਕੋਈ ਨਹੀਂ ਗੀ ਤਾਂ ਮਤਲਬ ਉਹਦੀ ਪਾਵਰ 1 ਆ। ਹੁਣ ਮੈਂ 8 ਨੂੰ ਲਿਖ ਰਹੀ ਹਾਂ 2×2×2, 2×2=4, 4×8, ਤਾਂ ਸੇਮ ਨੰਬਰ ਮਲਟੀਪਲਾਈ ਹੋ ਰਿਹਾ, ਪਾਵਰ ਕੀ ਹੋ ਗਈ? ਐਡ ਹੋ ਗਈ, ਤਾਂ 2^3। ਮਤਲਬ 2 ਦੀ ਪਾਵਰ ਕਿੰਨੀ ਹੋ ਗਈ? 3 ਹੋ ਗਈ। ਹੁਣ 2 ਦੀ ਪਾਵਰ 3, ਮਤਲਬ 8 ਨੂੰ ਮੈਂ ਲਿਖ ਦੇਣਾ 2×3। 8 ਨੂੰ ਕੀ ਲਿਖਤਾ? 2×3। ਬਾਹਰ ਇਹਦੀ ਪਹਿਲਾਂ ਹੀ ਪਾਵਰ ਦਿੱਤੀ ਹੋਈ ਆ 3/4। ਅਤੇ ਮੈਂ ਤੁਹਾਨੂੰ ਇੱਕ ਕਨਸੈਪਟ ਕਰਾਇਆ ਕਿ ਜਦੋਂ ਸੇਮ ਨੰਬਰ, ਮਤਲਬ ਕਿ ਜਦੋਂ ਇੱਕ ਨੰਬਰ ਦਿੱਤਾ ਉਹਦੀ ਪਾਵਰ ਐਮ ਆ ਅਤੇ ਬਾਹਰ ਹੋਲ ਪਾਵਰ ਐਨ ਦਿੱਤੀ ਆ, ਤਾਂ ਪਾਵਰ ਆਪਸ 'ਚ ਕੀ ਹੁੰਦੀ ਆ? ਮਲਟੀਪਲਾਈ ਹੁੰਦੀ ਆ। ਇਹ ਕਨਸੈਪਟ ਕਰਵਾਇਆ ਮੈਂ ਤੁਹਾਨੂੰ। ਹੁਣ ਜੇ ਪਾਵਰ ਆਪਸ 'ਚ ਮਲਟੀਪਲਾਈ ਹੁੰਦੀ ਆ ਤਾਂ 2^3/3 ਅਪੋਨ 4 ਬਣ ਗਿਆ। ਮਤਲਬ 2×3×3/4, ਅਤੇ 3 ਨੂੰ ਹੁਣ ਦੇਖੋ ਇਹ ਬਟੇ 'ਚ ਆ। ਬਹੁਤ ਸਾਰੇ ਸਟੂਡੈਂਟਸ ਦਾ ਜਿਨ੍ਹਾਂ ਦਾ ਬੇਸਿਕ ਨਹੀਂ ਕਲੀਅਰ, ਫਰੈਕਸ਼ਨ ਸੋਲਵ ਕਰਨ 'ਚ ਥੋੜ੍ਹੀ ਪ੍ਰੋਬਲਮ ਆਉਂਦੀ ਆ। ਹੁਣ ਇੱਥੇ ਲਿਖਿਆ 3×3/4, ਇਹ ਫਰੈਕਸ਼ਨ ਆ, ਭਿੰਨ ਬਟਿਆਂ 'ਚ ਆ। ਇਹ ਬਟਿਆਂ 'ਚ ਨਹੀਂ ਗਾ, ਮੈਂ ਇਹਦੇ ਹੇਠਾਂ 1 ਲਗਾ ਲਾਂ, ਕਿਉਂਕਿ 3 ਨੂੰ ਮੈਂ 1 'ਤੇ ਡਿਵਾਈਡ ਕਰੂੰਗੀ ਤਾਂ ਆਂਸਰ 3 ਹੀ ਰਹਿਣਾ ਵਾ। ਹੇਠਾਂ ਮੈਂ 1 ਲਗਾ ਲਿਆ, ਤਾਂ ਹੁਣ ਉੱਪਰ ਵਾਲੇ ਨੰਬਰ ਉੱਪਰ ਵਾਲੇ ਨਾਲ ਗੁਣਾ ਹੋਣਗੇ। 2×3/9, 4×4,
ਤਾਂ 2 ਦੀ ਪਾਵਰ 9 ਵਟਾ 4 ਇਹਦਾ ਆਨਸਰ ਆ। 2 ਦੀ ਪਾਵਰ 9 ਵਟਾ 4 ਆਪਸ਼ਨ ਡੀ 'ਚ ਪਿਆ ਵਾ, ਤਾਂ ਆਪਸ਼ਨ ਡੀ ਹੀ ਇਹਦਾ ਰਾਈਟ ਆਨਸਰ ਹੈ। ਠੀਕ ਹੈ ਹਾਂਜੀ, ਜਿੰਨਾ ਹੋ ਸਕੇ ਕਲਾਸ ਦਾ ਲਿੰਕ ਵੱਧ ਤੋਂ ਵੱਧ ਸੈਂਡ ਕਰ ਦਿਓ ਵੱਧ ਤੋਂ ਵੱਧ ਸਟੂਡੈਂਟਸ, ਤਾਂ ਜੋ ਸਾਡੇ ਨਾਲ ਜੁੜ ਸਕਣ ਅਤੇ ਕਲਾਸ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰਾਮ ਚੈਨਲ ਦਾ ਵੀ ਦੇ ਦਿੱਤਾ ਜਾਵੇਗਾ, ਅਤੇ ਇਹ ਜਿਹੜੇ ਸਮ ਮੈਂ ਤੁਹਾਨੂੰ ਕਰਵਾ ਰਹੀ ਹਾਂ ਇਹ ਟੈਲੀਗ੍ਰਾਮ ਚੈਨਲ ਦੇ ਵਿੱਚ ਵੀ ਸੈਂਡ ਕਰ ਦਿੱਤਾ ਜਾਵੇਗਾ, ਕਿਉਂਕਿ ਮੈਂ ਪੇਪਰਾਂ ਦੇ ਵਿੱਚੋਂ ਅਲੱਗ ਅਲੱਗ ਸਮ ਲੈ ਕੇ ਅਲੱਗ ਅਲੱਗ ਪੇਪਰਸ ਦੇ ਵਿੱਚੋਂ ਪੰਜਾਬ ਪੁਲਿਸ ਕਾਂਸਟੇਬਲ ਦੇ ਹੀ ਪੇਪਰ ਆ ਜਿਹੜੇ 5 ਅਗਸਤ 2023 ਤੋਂ ਲੈ ਕੇ 14 ਸਪਤੰਬਰ 2023 ਤੱਕ ਹੋਏ ਸੀ, ਅਤੇ ਉਹਨਾਂ ਦੇ ਵਿੱਚੋਂ ਮੈਂ ਇਹ ਸਮ ਲਏ ਆ। ਸਿੰਪਲੀਫਿਕੇਸ਼ਨ ਦੇ ਪਹਿਲੇ 2-3 ਪੇਪਰਾਂ ਦੇ ਸਮ ਆ ਜਿਹੜੇ ਇੰਨੇ ਸਮ ਆਏ ਹੋਏ ਆ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਬਹੁਤ ਸਮ ਆਏ ਆ ਪੇਪਰ ਦੇ ਵਿੱਚ, ਸੋ ਇਸ ਟੋਪਿਕ ਨੂੰ ਜ਼ਰੂਰ ਕਵਰ ਕਰੋ ਧਿਆਨ ਦੇ ਨਾਲ। ਤਾਂ ਸੈਕਿੰਡ ਸਮ ਅਸੀਂ ਸ਼ੁਰੂ ਕਰਦੇ ਹਾਂ। ਸੈਕਿੰਡ ਸਮ ਦੇ ਵਿੱਚ ਤੁਸੀਂ ਦੇਖੋ ਤੁਹਾਨੂੰ ਆਪਸ਼ਨ ਸਾਰੀਆਂ ਦਿੱਤੀਆਂ ਹੋਈਆਂ 3 ਰੇਸ ਟੂ ਪਾਵਰ ਦੇ ਵਿੱਚ, 3 ਦੀ ਪਾਵਰ ਦੇ ਵਿੱਚ, 3 ਦੀ ਘਾਤ ਦੇ ਵਿੱਚ ਆਪਸ਼ਨਸ ਪਈਆਂ। ਮਤਲਬ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਸਮ ਦਿੱਤਾ ਹੋਇਆ ਵਾ ਇਹਨੂੰ ਕੀ ਕਰਨਾ ਵਾ 3 ਦੇ ਵਿੱਚ ਕਨਵਰਟ ਕਰਨਾ ਕਿ 3 ਦੀ ਪਾਵਰ ਦੇ ਵਿੱਚ ਕਨਵਰਟ ਹੋ ਜਾਏ। ਜ਼ਿਆਦਾਤਰ ਤਾਂ ਸਾਨੂੰ 3 ਦੀ ਪਾਵਰ 'ਚ ਹੀ ਪਿਆ ਵਾ ਸਮ ਦਿੱਤਾ ਹੋਇਆ। ਹੁਣ ਦੇਖੋ ਜਦੋਂ ਸੇਮ ਨੰਬਰ ਮਲਟੀਪਲਾਈ ਹੁੰਦਾ ਤਾਂ ਪਾਵਰ ਕੀ ਹੁੰਦੀ ਆ, ਐਡ ਹੋ ਜਾਂਦੀ ਆ, ਜੁੜ ਜਾਂਦੀ ਆ। ਜਦੋਂ ਸੇਮ ਨੰਬਰ ਮਲਟੀਪਲਾਈ ਹੋਵੇ ਤਾਂ 2 + 4, ਠੀਕ ਹੈ, ਉਸ ਤੋਂ ਬਾਅਦ 9 ਪਾਵਰ 3 ਪਲੱਸ ਹੋ ਰਿਹਾ ਵਾ 3 ਪਾਵਰ 4। ਇੱਕ ਗੱਲ ਦਾ ਧਿਆਨ ਰੱਖਣਾ, ਪਲੱਸ 'ਤੇ ਕੋਈ ਵੀ ਕਨਸੈਪਟ ਨਹੀਂ ਗਾ। ਮੈਂ ਤੁਹਾਨੂੰ 3 ਕਨਸੈਪਟ ਕਰਵਾਏ ਆ ਕਿ ਜਦੋਂ ਸੇਮ ਨੰਬਰ ਮਲਟੀਪਲਾਈ ਹੋਵੇ ਤਾਂ ਪਾਵਰ ਐਡ ਹੋ ਜਾਂਦੀ ਆ, ਅਤੇ ਜਦੋਂ ਸੇਮ ਨੰਬਰ ਡਿਵਾਈਡ ਹੋਵੇ ਤਾਂ ਪਾਵਰ ਮਾਈਨਸ ਹੋ ਜਾਂਦੀ ਆ। ਇੱਥੇ ਮੈਂ ਸੇਮ ਨੰਬਰ ਮਲਟੀਪਲਾਈ ਵਾਲਾ ਕਨਸੈਪਟ ਲਗਾਇਆ। ਜਿਹੜੇ ਸਟੂਡੈਂਟਸ ਨੋਟ ਕਰ ਰਹੇ ਨੇ ਤਾਂ ਪਲੀਜ਼ ਇਹਨਾਂ ਨੂੰ ਨੋਟ ਕਰੋ ਇਹ ਕਨਸੈਪਟ ਨੂੰ ਕਿ ਜਦੋਂ ਸੇਮ ਨੰਬਰ ਮਲਟੀਪਲਾਈ ਹੋਵੇ ਤਾਂ ਪਾਵਰ ਐਡ ਹੋ ਜਾਂਦੀ ਆ। ਤਾਂ ਇੱਥੇ ਮੈਂ ਪਾਵਰ ਐਡ ਕਰਤੀ 2 + 4, ਮਤਲਬ ਹੁਣ ਇੱਥੇ ਕੀ ਬਣ ਗਿਆ ਤੁਹਾਡੇ ਕੋਲ, ਇੱਥੇ ਬਣ ਗਿਆ ਜੀ 3 ਦੀ ਪਾਵਰ 6। ਠੀਕ ਹੈ, ਇਹ ਹੋ ਗਿਆ 3 ਦੀ ਪਾਵਰ 6, ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ 9 ਦੀ ਪਾਵਰ 3 ਦਿੱਤੀ ਹੋਈ ਆ। 9 ਦੀ ਪਾਵਰ 3 ਨੂੰ ਮੈਂ ਲਿਖ ਸਕਦੀ ਹਾਂ 3 ਦੀ ਪਾਵਰ 2। ਠੀਕ ਹੈ, ਕਿਉਂਕਿ 9 ਨੂੰ ਮੈਂ ਲਿਖ ਸਕਦੀ ਹਾਂ 3 × 3, ਜਦੋਂ ਸੇਮ ਨੰਬਰ ਮਲਟੀਪਲਾਈ ਹੋਵੇ ਪਾਵਰ ਕੀ ਹੋ ਜਾਂਦੀ ਹੈ ਐਡ, ਤਾਂ ਇਹਦਾ ਮਤਲਬ ਇਹ ਕੀ ਬਣ ਗਿਆ 3 ਦਾ ਸਕੇਅਰ ਬਣ ਗਿਆ। ਜੇ 3 ਦਾ ਸਕੇਅਰ ਬਣ ਗਿਆ ਤਾਂ ਇਹਦੀ ਪਾਵਰ ਸਾਨੂੰ ਪਹਿਲਾਂ ਵੀ ਦਿੱਤੀ ਹੋਈ ਆ 3, ਮੈਂ ਉਹ ਹੋਲ ਪਾਵਰ 'ਚ ਲਿਖ ਲਈ, ਫਿਰ ਪਲੱਸ 3 ਪਾਵਰ 4 ਮਾਈਨਸ 3 ਪਾਵਰ 6। ਜਦੋਂ ਸੇਮ ਆਪਾਂ ਇਹ ਕਨਸੈਪਟ ਪਹਿਲਾਂ ਵੀ ਕੀਤਾ ਪਹਿਲੇ ਸਮ ਦੇ ਵਿੱਚ ਕਿ ਜਦੋਂ ਬ੍ਰੈਕਿਟ ਦੇ ਵਿੱਚ ਕੋਈ ਨੰਬਰ ਪਿਆ ਉਹਦੀ ਘਾਤ ਆ ਅਤੇ ਬਾਹਰ ਵੀ ਘਾਤ ਆ, ਤਾਂ ਉਹ ਘਾਤ ਆਪਸ 'ਚ ਮਲਟੀਪਲਾਈ ਹੋਣੀ ਆ। ਤਾਂ ਇੱਥੇ 3 × 6 ਪਲੱਸ 3 ਪਾਵਰ 4 ਮਾਈਨਸ 3 ਦੀ ਪਾਵਰ 6। ਹੁਣ ਦੇਖੋ 3 ਦੀ ਪਾਵਰ 6 ਇੱਕ ਪੋਜ਼ਿਟਿਵ ਆ ਅਤੇ ਇੱਕ ਨੈਗੇਟਿਵ ਆ। ਪੋਜ਼ਿਟਿਵ ਨਾਲ ਨੈਗੇਟਿਵ ਕੈਂਸਲ ਹੋ ਜਾਣਗੇ, ਮਤਲਬ ਮਾਈਨਸ ਹੋ ਗਏ। ਸੇਮ ਨੰਬਰ ਆ, ਇੱਕ ਪੋਜ਼ਿਟਿਵ ਆ ਇੱਕ ਨੈਗੇਟਿਵ ਆ, ਓਪੋਜ਼ਿਟ ਸਾਈਨ ਆ, ਕੈਂਸਲ ਹੋ ਗਏ। ਤਾਂ ਆਨਸਰ ਆ ਗਿਆ 3 ਪਾਵਰ 4। ਤਾਂ ਆਪਸ਼ਨ ਇੱਥੇ ਰਾਈਟ ਆਨਸਰ ਹੈ ਜੀ 3 ਦੀ ਪਾਵਰ 4, ਆਪਸ਼ਨ ਏ ਰਾਈਟ ਆਨਸਰ ਹੈ। ਹਾਂਜੀ, ਮੈਂ ਇੱਕ ਵਾਰ ਫਿਰ ਤੋਂ ਕਹਿ ਰਹੀ ਹਾਂ, ਜਿੰਨਾ ਹੋ ਸਕੇ ਵੀਡੀਓ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸਟੂਡੈਂਟਸ ਆ ਜਿਹੜੇ ਜੁੜ ਸਕਣ ਕਲਾਸ ਦੇ ਵਿੱਚ। ਹਾਂਜੀ, ਇੱਕ ਮੈਸੇਜ ਆਇਆ ਵਾ ਕਿ ਮੈਂ ਕੋਈ ਐਗਜ਼ਾਮ ਦਿੱਤਾ ਜਾਂ ਨਹੀਂ ਦਿੱਤਾ। ਤਾਂ ਪਿਛਲੇ ਸਾਲੇ ਪੰਜਾਬ ਪੁਲਿਸ ਕਾਂਸਟੇਬਲ ਦਾ ਐਗਜ਼ਾਮ ਮੈਂ ਵੀ ਦਿੱਤਾ ਸੀਗਾ, ਜਿਸ ਦੇ ਵਿੱਚੋਂ ਮੇਰੇ 72 ਮਾਰਕਸ ਆਏ ਸੀਗੇ, ਅਤੇ ਮੇਰਾ ਟ੍ਰਾਇਲ ਡੇਟ ਆ ਜਿਹੜੀ ਉਹ ਆ ਚੁੱਕੀ ਸੀ, 9 ਦਸੰਬਰ ਨੂੰ ਮੇਰਾ ਟ੍ਰਾਇਲ ਸੀ, ਪਰ ਮੇਰੇ ਤੋਂ ਰੇਸ ਵਗੈਰਾ ਨਹੀਂ ਕਲੀਅਰ ਹੋਈ ਸੀ, ਕਿਉਂਕਿ ਜਿਹੜੀ ਰੇਸ ਆ ਉਹ
ਸਾਢੇ 4 ਮਿੰਟ ਦੇ ਵਿੱਚ ਕਵਰ ਕਰਨੀ ਸੀ, ਮੈਂ 4 ਮਿੰਟ 32 ਸੈਕਿੰਡ ਦੇ ਵਿੱਚ ਕਵਰ ਕੀਤੀ ਸੀ, 2 ਸੈਕਿੰਡ ਵੱਧ ਲਗਾ ਦਿੱਤੇ ਸੀ ਅਤੇ ਉਹਦੇ ਕਰਕੇ ਮੇਰੀ ਜਿਹੜੀ ਰੇਸ ਆ ਉਹ ਕਲੀਅਰ ਨਹੀਂ ਹੋਈ ਸੀਗੀ, ਟ੍ਰਾਇਲ ਨਹੀਂ ਕਲੀਅਰ ਹੋਇਆ ਸੀ, ਐਗਜ਼ਾਮ ਕਲੀਅਰ ਹੋ ਗਿਆ ਸੀ। ਹਾਂਜੀ, ਨੈਕਸਟ ਹੈ 3A/3B ਦੀ ਪਾਵਰ 25। ਹੁਣ ਦੇਖੋ ਤੁਹਾਨੂੰ ਪਾਵਰ ਦਿੱਤੀ ਹੋਈ ਹੈ ਥਰਡ ਸਮ ਆ, 3A/3B ਦੀ ਪਾਵਰ 25 ਗੁਣਾ 3B/3C ਦੀ ਪਾਵਰ 25 ਗੁਣਾ 3C/3D ਦੀ ਪਾਵਰ 25 ਗੁਣਾ 3D/3E ਦੀ ਪਾਵਰ 25। ਹੁਣ ਦੇਖੋ ਸਾਰੇ ਹੀ ਨੰਬਰ ਦੀ ਪਾਵਰ ਕਿੰਨੀ ਦਿੱਤੀ ਆ, 25 ਦਿੱਤੀ ਆ, ਅਤੇ ਨੰਬਰ ਕੀ ਆ, ਸਾਰਿਆਂ ਦੀ ਪਾਵਰ 25 ਦਿੱਤੀ ਆ, ਅਤੇ ਆਪਸ 'ਚ ਕੀ ਹੋ ਰਹੇ ਆ, ਮਲਟੀਪਲਾਈ ਹੋ ਰਹੇ ਆ। ਜਦੋਂ ਮਲਟੀਪਲਾਈ ਹੋ ਰਹੇ ਆ, ਇਹ ਕਨਸੈਪਟ ਉਦੋਂ ਹੀ ਲੱਗਣਾ ਕਿ ਜਦੋਂ ਸਾਰੇ ਨੰਬਰ ਮਲਟੀਪਲਾਈ ਹੋ ਰਹੇ ਆ ਅਤੇ ਪਾਵਰ ਸੇਮ ਆ, ਤਾਂ ਉਹਨੂੰ ਹੋਲ ਪਾਵਰ ਲਿਖ ਦਿਓ ਬਾਹਰ। 3A/3B (3B/3C)(3C/3D)(3D/3E) ਪਾਵਰ ਕੁਛ ਨਹੀਂ ਕੀਤਾ ਮੈਂ, ਸਿਰਫ ਇਹ ਕਨਸੈਪਟ ਤੁਸੀਂ ਮਲਟੀਪਲੀਕੇਸ਼ਨ ਦੇ ਵਿੱਚ ਲਾਉਣਾ ਜਾਂ ਡਿਵਾਈਡ 'ਚ ਲਾਉਣਾ, ਪਲੱਸ ਮਾਈਨਸ ਦੇ ਵਿੱਚ ਇਹ ਕਨਸੈਪਟ ਨਹੀਂ ਲਗਾਉਣਾ ਕਿ ਹੋਲ ਪਾਵਰ ਬਣਾ ਕੇ ਲਿਖ ਦਿਉ, ਹੋਲ ਮਤਲਬ ਸਾਰੇ ਦੀ ਪਾਵਰ ਲਿਖ ਦਿਉ, ਠੀਕ ਹੈ। ਇਹ ਕਨਸੈਪਟ ਉਦੋਂ ਹੀ ਲੱਗਣਾ ਜਦੋਂ ਨੰਬਰ ਆਪਸ ਦੇ ਵਿੱਚ ਮਲਟੀਪਲਾਈ ਹੋ ਰਹੇ ਆ ਅਤੇ ਪਾਵਰ ਸੇਮ ਦਿੱਤੀ ਆ, ਤਾਂ ਮੈਂ ਸਾਰਿਆਂ ਦੀ ਪਾਵਰ ਸੇਮ ਬਾਹਰ ਲਿਖਤੀ ਆ, ਠੀਕ ਹੈ। ਹੁਣ 3A ਆ, 3B ਨਾਲ 3B ਕੈਂਸਲ, 3C ਨਾਲ 3C ਕੈਂਸਲ, 3D ਨਾਲ 3D ਕੈਂਸਲ, ਤਾਂ ਆਂਸਰ ਆ ਗਿਆ 3A/3E(3E)^25। ਤਾਂ ਇਹ ਆਪਸ਼ਨ ਪਈ ਆ ਤੁਹਾਡੇ ਕੋਲ ਡੀ ਆਪਸ਼ਨ, ਤਾਂ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ। ਹਾਂਜੀ, ਨੈਕਸਟ ਸਮ ਅਸੀਂ ਕਰਦੇ ਹਾਂ 4th ਸਮ ਦੇਖੋ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ 243 ਦਿੱਤਾ, ਪਰ ਪਾਵਰ ਆ ਜਿਹੜੀ ਇਨ ਟਰਮਸ ਆਫ 243 ਨਹੀਂ, ਬਲਕਿ 3 0.27, 0.5 ਅਤੇ 0.3। ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਕਿ ਐਗਜ਼ਾਮ ਦੇ ਵਿੱਚ ਜਦੋਂ ਵੀ ਇੱਦਾਂ ਦੀਆਂ ਆਪਸ਼ਨ ਮਿਲਣ ਜਿਹੜੀ ਸਭ ਤੋਂ ਅਲੱਗ ਪਈ ਆ। ਦੇਖੋ 3 ਦਾ ਲਿੰਕ 27 ਨਾਲ ਹੈਗਾ ਅਤੇ 5 ਦਾ ਲਿੰਕ ਇਹਨਾਂ ਤਿੰਨਾਂ ਆਪਸ਼ਨਾਂ ਦੇ ਨਾਲ ਨੀਗਾ, ਤਾਂ 5 ਤਾਂ ਕਦੇ ਵੀ ਨਹੀਂ ਆਪਸ਼ਨ ਬਣੂਗੀ, ਠੀਕ ਹੈ। ਜੋ ਆਪਸ਼ਨ ਅਲੱਗ ਪਈ ਆ ਉਹ ਤੁਸੀਂ ਕਦੇ ਨਹੀਂ ਲਾਉਣੀ। ਤਾਂ ਹੁਣ ਦੇਖੋ ਇੱਥੇ ਲਿਖਿਆ 243 (2043)^16 ਗੁਣਾ 243 (0.04)। ਜਦੋਂ ਸੇਮ ਨੰਬਰ ਗੁਣਾ ਹੋਣ ਤਾਂ ਕਿਹੜਾ ਕਨਸੈਪਟ ਲੱਗਦਾ ਕਿ ਪਾਵਰ ਐਡ ਹੋ ਜਾਂਦੀ ਆ। ਹੁਣ ਸੇਮ ਨੰਬਰ ਗੁਣਾ ਹੋ ਰਿਹਾ ਵਾ, ਇੱਕੋ ਹੀ ਨੰਬਰ ਆ ਜਿਹੜਾ ਗੁਣਾ ਹੋ ਰਿਹਾ, ਇਹਦੀ ਪਾਵਰ ਕਰ ਦਿੰਦੇ ਹਾਂ ਐਡ 0.04। ਤਾਂ 0.16 ਦੇ ਵਿੱਚ 0.04 ਐਡ ਕਰੋਗੇ ਤਾਂ ਇਹ ਬਣ ਜਾਣਾ ਤੁਹਾਡੇ ਕੋਲ 0.20। ਆਫਟਰ ਪੁਆਇੰਟ 0 ਦਾ ਕੋਈ ਮੀਨਿੰਗ ਨਹੀਂ ਹੁੰਦਾ, ਠੀਕ ਹੈ। ਇਸ ਕਰਕੇ ਇਹ ਕੀ ਬਣ ਗਿਆ ਤੁਹਾਡੇ ਕੋਲ, 0.2 ਬਣ ਗਿਆ, ਕਲੀਅਰ। ਹੁਣ ਇਹਨੂੰ ਛੱਡੋ ਪਰੇ ਇੱਥੇ, ਅਤੇ ਹੁਣ ਤੁਹਾਡੇ ਕੋਲ ਕੀ ਆ ਗਿਆ ਇੱਥੇ 243। 243 ਨੂੰ ਮੈਂ ਕੀ ਕਰਨਾ ਵਾ, ਛੋਟੇ ਤੋਂ ਛੋਟੇ ਦੇ ਵਿੱਚ ਲਿਖਣਾ ਵਾ, ਕਿਉਂਕਿ ਮੇਰੇ ਕੋਲ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਨੰਬਰ ਆ ਜਿਹੜੇ ਦਿੱਤੇ ਹੋਏ ਆ, ਸਿੰਪਲ ਨੰਬਰ ਆ, ਠੀਕ ਹੈ। ਸਿੰਪਲ ਨੰਬਰ ਦਿੱਤੇ ਆ, 243 ਨੂੰ ਮੈਂ ਕੀ ਲਿਖ ਸਕਦੀ ਹਾਂ, ਮੈਂ ਇਹਨੂੰ ਲਿਖਣ ਦੇ ਲਈ ਜਿਵੇਂ ਤੁਸੀਂ ਐਲਸੀਅਮ ਵਾਲਾ ਪ੍ਰੋਸੈਸ ਕਰਦੇ, ਮੈਂ ਉੱਦਾਂ ਛੋਟੇ ਤੋਂ ਛੋਟੇ ਨੰਬਰ 'ਤੇ ਡਿਵਾਈਡ ਕਰ ਰਹੀ ਹਾਂ। ਜਿਵੇਂ ਪਹਿਲਾਂ 2 'ਤੇ ਦੇਖਿਆ, 2 'ਤੇ ਤਾਂ ਇਹਦੇ ਪਿੱਛੇ 3 ਦਿੱਤਾ, 2 'ਤੇ ਤਾਂ ਇਹ ਵੰਡਿਆ ਨਹੀਂ ਜਾਣਾ, ਫਿਰ 3 'ਤੇ ਵੰਡਿਆ ਜਾਊਗਾ, 3 'ਤੇ ਵੰਡਿਆ ਜਾਊਗਾ ਤਾਂ 81 'ਤੇ ਆਊਗਾ, 81 ਨੂੰ 3 ਨਾਲ ਗੁਣਾ ਕਰੋਗੇ 243 ਬਣੂਗਾ। ਜਿਵੇਂ ਤੁਸੀਂ ਐਲਸੀਅਮ ਲੈਂਦੇ ਆ, ਸੇਮ ਉਹੀ ਕਨਸੈਪਟ ਆ, ਛੋਟੇ ਤੋਂ ਛੋਟੇ ਵਿੱਚ ਤੋੜ ਕੇ ਲਿਖਣ ਦਾ। ਫਿਰ 3 'ਤੇ ਡਿਵਾਈਡ ਕੀਤਾ, ਇੱਥੇ ਬਣ ਗਿਆ ਤੁਹਾਡੇ ਕੋਲ 27, ਫਿਰ 3 'ਤੇ ਡਿਵਾਈਡ ਕਰੋਗੇ, 9 3 27, ਫਿਰ ਤੁਸੀਂ 3 'ਤੇ ਡਿਵਾਈਡ ਕੀਤਾ, 3 3 9, ਫਿਰ 3 'ਤੇ ਡਿਵਾਈਡ ਕੀਤਾ 1।
ਇਹ ਪ੍ਰੋਸੈਸ ਉਦੋਂ ਤੱਕ ਕਰਨਾ ਜਦੋਂ ਤੱਕ ਹੇਠ 1 ਨਹੀਂ ਬਣ ਜਾਂਦਾ। ਠੀਕ ਹੈ, ਹੁਣ ਇਹ ਕੀ ਬਣ ਗਿਆ ਤੁਹਾਡੇ ਕੋਲੇ 243 ਨੂੰ ਕੀ ਲਿਖ ਸਕਦੇ ਹਾਂ, 3 ਗੁਣਾ 3 ਗੁਣਾ 3 ਗੁਣਾ 3 ਗੁਣਾ 3, 1 2 3 4 5, 5 ਵਾਰੀ ਆ ਤਾਂ 3 ਦੀ ਪਾਵਰ ਕਿੰਨੀ ਹੋ ਗਈ, 5, ਕਿਉਂਕਿ ਜਦੋਂ ਸੇਮ ਨੰਬਰ ਗੁਣਾ ਹੁੰਦਾ ਪਾਵਰ ਕੀ ਹੁੰਦੀ ਆ, ਜੁੜ ਜਾਂਦੀ ਆ। ਹੁਣ 3 ਦੀ ਪਾਵਰ ਹੋ ਗਈ 5, ਤਾਂ ਇਹਨੂੰ ਮੈਂ ਲਿਖ ਸਕਦੀ ਹਾਂ 3 ਦੀ ਪਾਵਰ 5, ਅਤੇ ਬਾਹਰ ਇੱਥੇ ਲਿਖ ਸਕਦੀ ਹਾਂ 0.20। ਠੀਕ ਹੈ, 0.20। ਹੁਣ ਇੱਥੇ 0.20 ਨੂੰ ਧਿਆਨ 'ਚ ਰੱਖੋ, 0.20 ਦਾ ਜੇ ਮੈਂ ਪੁਆਇੰਟ ਹਟਾ ਦਾਂ, ਪੁਆਇੰਟ ਹਟਾਉਣਾ ਮੈਂ ਬਹੁਤ ਚੰਗੀ ਤਰ੍ਹਾਂ ਸਿਖਾਇਆ ਹੋਇਆ ਤੁਹਾਨੂੰ, ਆਫਟਰ ਪੁਆਇੰਟ ਕਿੰਨੇ ਡਿਜ਼ਿਟ ਆ, 2, ਤਾਂ ਹੇਠਾਂ 1 ਦੇ ਨਾਲ 2 ਜ਼ੀਰੋ ਲਾ ਲਓ, 20 ਏਕਮ 20, 20 ਪੰਜਾ 100, ਤਾਂ ਇਹ ਤੁਹਾਡੇ ਕੋਲ ਕੀ ਬਣ ਗਿਆ, 1/5। ਹੋਲ ਪਾਵਰ ਕਿੰਨੀ ਬਣ ਗਈ, 1/5। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਫਸਟ ਸਮ ਦੇ ਵਿੱਚ ਅਸੀਂ ਕੀਤਾ ਕਿ ਜਦੋਂ ਬ੍ਰੈਕਿਟ ਦੇ ਵਿੱਚ ਕੋਈ ਬਾਹਰ ਹੋਲ ਪਾਵਰ ਦਿੱਤੀ ਆ, ਤਾਂ ਇਹਦਾ ਮਤਲਬ ਕਿ ਉਹ ਪਾਵਰ ਆਪਸ 'ਚ ਮਲਟੀਪਲਾਈ ਹੋ ਜਾਂਦੀ ਆ। ਤਾਂ ਇਹਨੂੰ ਜਦੋਂ ਮੈਂ ਮਲਟੀਪਲਾਈ ਕਰੂੰਗੀ, 5 ਨਾਲ 5 ਕੈਂਸਲ, 3 raised to power 1, ਜਿਹਦਾ ਮੀਨਿੰਗ ਹੁੰਦਾ 3, ਤਾਂ ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ ਜੀ, 3 ਆਨਸਰ ਹੈ। ਕਲੀਅਰ ਹੋਇਆ? ਹਾਂਜੀ, ਨੈਕਸਟ ਸਮ ਅਸੀਂ ਕਰਦੇ ਹਾਂ 5th। ਸੇਮ ਇਹੀ ਕੰਸੈਪਟ ਲੱਗਣੇ ਆ ਬਾਰ ਬਾਰ, ਸੇਮ ਨੰਬਰ ਗੁਣਾ ਹੋ ਰਿਹਾ ਪਾਵਰ ਐਡ ਕਰ ਦਿਉ, ਸੇਮ ਨੰਬਰ ਡਿਵਾਈਡ ਹੋ ਰਿਹਾ ਪਾਵਰ ਮਾਈਨਸ ਕਰ ਦਿਉ, ਹੋਲ ਪਾਵਰ ਪਈ ਆ ਤਾਂ ਉਹਨੂੰ ਪਾਵਰ ਆਪਸ 'ਚ ਮਲਟੀਪਲਾਈ ਹੋ ਜੂਗੀ। ਠੀਕ ਹੈ, ਹੁਣ ਇੱਥੇ ਇੱਕ ਸਮਝ ਦੇਖਣ ਦਾ ਮਤਲਬ ਕਿ ਬਹੁਤ ਤੁਹਾਨੂੰ ਟਫ ਲੱਗੂਗਾ ਕਿ ਕਿਵੇਂ ਹੋਊਗਾ ਸੋਲਵ। ਤਾਂ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਨੂੰ ਪਾਵਰ ਦੇ ਵਿੱਚ ਕੋਈ ਵੇਰੀਏਬਲ ਦਿੱਤਾ, ਮਤਲਬ ਲੈਟਰ ਦਿੱਤੇ ਆ ਏ ਬੀ ਸੀ ਦੇ, ਤਾਂ ਉਸ ਸਮੇਂ ਤੁਸੀਂ ਕੀ ਕਰਨਾ ਵਾ, ਬੇਸ ਸੇਮ ਕਰਨ ਦੀ ਕੋਸ਼ਿਸ਼ ਕਰੋ। ਬੇਸ ਕੀ ਹੁੰਦਾ, ਜਿਹੜਾ ਨੰਬਰ ਪਿਆ ਵਾ, ਠੀਕ ਹੈ, ਜਿਹਦੀ ਪਾਵਰ ਦਿੱਤੀ ਹੋਈ ਆ ਉਹਨੂੰ ਬੇਸ ਬੋਲਦੇ ਆ। ਹੁਣ ਇਹਦਾ ਬੇਸ 125 ਦਾ ਤਾਂ ਮੈਂ ਸੋਚ ਸਕਦੀ ਹਾਂ ਵੀ 5 ਕੁ 'ਚ ਹੋ ਜੂਗਾ, 625 ਨੂੰ ਵੀ ਮੈਂ 5 ਕੁ ਦੇ ਵਿੱਚ ਸੋਚ ਲਿਆ, ਠੀਕ ਹੈ, ਪਰ ਇੱਥੇ ਤਾਂ 32 ਦਿੱਤਾ, ਜੇ 32 ਦਿੱਤਾ ਤਾਂ 32 ਨੂੰ ਮੈਂ 2 ਦੀ ਪਾਵਰ 5 ਲਿਖ ਸਕਦੀ ਹਾਂ। ਅਤੇ ਹੁਣ 2 ਦੀ ਪਾਵਰ 5 ਤੋਂ ਮੈਨੂੰ ਹਿੰਟ ਮਿਲ ਗਿਆ ਕਿ ਇਹਨੂੰ ਵੀ ਮੈਂ 2 ਦੇ ਵਿੱਚ ਹੀ ਕਨਵਰਟ ਕਰਨਾ, ਠੀਕ ਹੈ। ਤਾਂ ਕਿਵੇਂ ਕਰਦੇ ਹਾਂ ਦੇਖ ਲੈਂਦੇ ਹਾਂ ਆਪਾਂ, 0.125 ਰੇਸ ਟੂ ਪਾਵਰ ਐਕਸ ਮਾਈਨਸ 1, 0.0625 3 ਮਾਈਨਸ 2 ਐਕਸ ਬਰਾਬਰ 1/32 ਪਾਵਰ ਐਕਸ ਪਲੱਸ 1। ਠੀਕ ਹੈ, ਹੁਣ ਮੈਂ ਕਰਨਾ ਬੇਸ ਸੇਮ। ਬੇਸ ਸੇਮ ਕਰਨ ਦੇ ਲਈ ਹੁਣ ਮੈਂ ਪਾਵਰ ਵਗੈਰਾ ਨਹੀਂ ਲਿਖੂੰਗੀ, ਕਿਉਂਕਿ ਤੁਹਾਨੂੰ ਪਤਾ ਆਪਣੇ ਕੋਲ ਪੇਪਰ ਦੇ ਵਿੱਚ ਟਾਈਮ ਘੱਟ ਹੁੰਦਾ, ਹੁਣ ਮੈਂ ਸਿਰਫ ਤੁਹਾਨੂੰ ਸਮਝਾ ਰਹੀ ਹਾਂ। ਹੁਣ ਦੇਖੋ 125 ਨੂੰ ਮੈਂ ਕੀ ਲਿਖ ਸਕਦੀ ਹਾਂ, 0.5, 0.5, ਕਿਉਂਕਿ ਦੇਖੋ 5 ਗੁਣਾ 5 ਗੁਣਾ 5, 5 25, 25 5 125, ਮਤਲਬ 5 ਦੀ ਪਾਵਰ 3 ਹੋ ਗਿਆ 125। ਹੁਣ ਇੱਥੇ ਕੀ ਲੱਗਿਆ ਹੋਇਆ ਵਾ, ਹੇਠਾਂ ਪੁਆਇੰਟ ਲੱਗਿਆ ਹੋਇਆ, ਤੁਸੀਂ ਦੇਖ ਸਕਦੇ ਹੋ ਪੁਆਇੰਟ ਤੋਂ ਬਾਅਦ ਕਿੰਨੇ ਡਿਜ਼ਿਟ ਦਿੱਤੇ ਆ, 3, ਤਾਂ ਮੈਂ ਹੇਠਾਂ 3 ਜ਼ੀਰੋ ਲਗਾ ਲਾਂ, ਇੱਧਰ ਵੀ ਹੇਠਾਂ 3 ਜ਼ੀਰੋ ਹੀ ਲਗਾਉਂਗੀ। ਅਤੇ 3 ਜ਼ੀਰੋ ਲਗਾਉਣ ਦੇ ਲਈ ਮੈਂ ਇਹਨੂੰ ਲਿਖ ਸਕਦੀ ਹਾਂ 5/10 3, ਕਿਉਂਕਿ ਜਿਹੜਾ 1000 ਆ ਇਹ 10 × 10 × 10 ਆ, ਤਾਂ ਇਹਨੂੰ ਇਹ ਬਣ ਗਿਆ ਤੁਹਾਡੇ ਕੋਲ 10³। ਠੀਕ ਹੈ, ਹੁਣ ਇਹ 5/10 ਆ, 5/10 ਦਾ ਮਤਲਬ 0.5 ਪਾਵਰ 3, 0.5 ਮਤਲਬ ਹੇਠਾਂ 1 ਜ਼ੀਰੋ ਦਿੱਤੀ ਆ, 1 ਅੱਖਰ ਛੱਡ ਕੇ ਤੁਸੀਂ ਪੁਆਇੰਟ ਲਾ ਤਾ, ਤਾਂ 0.5 ਦੀ ਪਾਵਰ 3। ਹੁਣ ਤੁਹਾਨੂੰ ਕਲੀਅਰ ਹੋ ਗਿਆ ਕਿ ਜਿਹੜਾ 125 ਆ, 0.123 ਆ, ਇਹ 0.5 ਦੀ ਪਾਵਰ 3 ਆ, ਅਤੇ ਬਾਹਰ ਹੋਲ ਪਾਵਰ ਐਕਸ ਮਾਈਨਸ 1 ਆ। ਕਲੀਅਰ, ਸੇਮ ਇੱਦਾਂ ਹੀ ਮੈਂ ਲਿਖੂੰਗੀ 625 ਨੂੰ 0.0625, ਅਤੇ ਇਹ ਵੀ ਮੈਨੂੰ ਪਤਾ ਕਿਹਦਾ
ਕਿਵੇਂ ਬਣੂਗਾ 625? ਕਿਹਦੀ ਪਾਵਰ ਹੁੰਦੀ ਆ 25 ਦੀ? 25 ਗੁਣਾ 25 625 ਹੁੰਦਾ, ਤਾਂ 0.25 ਗੁਣਾ 0.25 ਇਹਨੂੰ ਮੈਂ ਲਿਖ ਸਕਦੀ ਹਾਂ, ਕਿਉਂਕਿ ਦੇਖੋ ਕਿੰਨੇ ਡਿਜ਼ਿਟ ਹੋ ਗਏ ਟੋਟਲ, 1 2 1 2 ਕਿੰਨੇ ਹੋ ਗਏ 4, 4 ਡਿਜ਼ਿਟ ਛੱਡ ਕੇ ਪੁਆਇੰਟ ਆ, ਤਾਂ 4 ਡਿਜ਼ਿਟ ਛੱਡ ਕੇ ਹੀ ਪੁਆਇੰਟ ਆ, ਤਾਂ ਇਹਨੂੰ ਮੈਂ ਲਿਖ ਸਕਦੀ ਹਾਂ 0.25 ਦਾ ਸਕੇਅਰ ਬਾਰ ਰੇਸ ਟੂ 3 -2x ਅਤੇ 1/2 ਦੀ ਪਾਵਰ 5 ਲਿਖਤਾ 32 ਨੂੰ, ਐਕਸ ਪਲੱਸ 1, ਅਤੇ 2 ਦੀ ਪਾਵਰ 5 ਮੈਂ 32 ਨੂੰ ਕਿਵੇਂ ਲਿਖਿਆ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਤੁਸੀਂ ਐਜ਼ ਅ ਐਲਸੀਅਮ ਵਾਲਾ ਪ੍ਰੋਸੈਸ ਵੀ ਲੈ ਸਕਦੇ ਹੋ, ਅਤੇ ਇਸ ਤੋਂ ਪਹਿਲਾਂ ਆਪਾਂ 8 ਵਾਲਾ ਸਮ ਵੀ ਕੀਤਾ ਵਾ, ਉਹਦੇ ਵਿੱਚ ਵੀ ਤੁਸੀਂ ਸੋਚ ਸਕਦੇ ਹੋ ਕਿ 2 ਨੂੰ 5 ਵਾਰੀ ਗੁਣਾ ਕਰਾਂਗੇ ਤਾਂ ਆਨਸਰ 32 ਬਣੂਗਾ, ਠੀਕ ਹੈ। ਹੁਣ ਦੇਖੋ ਮੈਂ ਇੱਥੇ 1/2 ਪਾਵਰ 5 ਆ, ਅਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਂ ਇਨ ਟਰਮਸ ਆਫ 2 ਇਹਨੂੰ ਕਨਵਰਟ ਕਰੂੰਗੀ, ਮਤਲਬ ਕਿ 2 ਦੀ ਪਾਵਰ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। 2 ਦੀ ਪਾਵਰ ਦੇ ਵਿੱਚ ਕਨਵਰਟ ਕਰਨ ਦਾ ਮਤਲਬ ਕੀ ਆ, 2 ਦੀ ਪਾਵਰ 'ਚ ਕਨਵਰਟ ਕਰਨ ਨੂੰ ਦੇਖੋ ਇੱਥੇ ਕਿਵੇਂ ਕਰੂੰਗੀ, 0.5 ਆ, ਮੈਂ ਤਾਂ ਪੁਆਇੰਟ ਹਟਾ ਤਾ, ਪੁਆਇੰਟ ਹਟਾ ਤਾ, ਬਟਾ ਲਾ ਤਾ 10, 1 5 5 2 5 10, ਠੀਕ ਹੈ। ਤਾਂ ਇੱਥੋਂ ਪੁਆਇੰਟ ਰਿਮੂਵ ਕਰਕੇ 1/2 ਬਾ, ਜਦੋਂ ਹੁਣ ਮੈਂ ਤੁਹਾਨੂੰ ਇੱਕ ਕਨਸੈਪਟ ਦੱਸਿਆ ਸੀ ਕਿ ਜਦੋਂ ਬ੍ਰੈਕਿਟ ਦੇ ਵਿੱਚ ਇੱਕ ਨੰਬਰ ਪਿਆ ਉਹਦੀ ਬਾਹਰ ਹੋਲ ਪਾਵਰ ਦਿੱਤੀ ਆ, ਤਾਂ ਪਾਵਰ ਆਪਸ ਦੇ ਵਿੱਚ ਮਲਟੀਪਲਾਈ ਹੋ ਜੂਗੀ, ਠੀਕ ਹੈ, ਪਾਵਰ ਆਪਸ 'ਚ ਮਲਟੀਪਲਾਈ ਹੋਊਗੀ, ਤਾਂ ਇੱਥੇ ਆ ਗਿਆ 3 ਨਾਲ ਐਕਸ -1 ਬਾਹਰ ਪਾਵਰ ਦਿੱਤੀ ਆ। ਸੇਮ ਇਸੇ ਤਰ੍ਹਾਂ 0.25 ਆ, ਇਹਦਾ ਮੈਂ ਪੁਆਇੰਟ ਹਟਾਊਂਗੀ, ਬਟਾ 100 ਬਣ ਗਿਆ, 25 1 25 25 24 100, ਪਰ ਮੈਨੂੰ ਇਨ ਟਰਮਸ ਆਫ 2 ਲਿਖਣਾ ਵਾ ਕਿਉਂਕਿ 2 ਦੀ ਪਾਵਰ ਬਣਾ ਰਹੀ ਹਾਂ, ਜੇ 2 ਦੀ ਪਾਵਰ ਬਣਾ ਰਹੀ ਹਾਂ ਤਾਂ 1/2 ਦੀ ਪਾਵਰ 5 ਸੋਰੀ 1/2 ਦੀ ਪਾਵਰ 2 ਬਣ ਗਿਆ, ਕਿਉਂਕਿ 2 ਦੂਣੀ ਕੀ ਹੁੰਦੇ ਆ, 2 × 2, ਸੇਮ ਪਾਵਰ ਮਲਟੀਪਲਾਈ ਹੋ ਰਿਹਾ, ਸੇਮ ਨੰਬਰ ਮਲਟੀਪਲਾਈ ਹੋ ਰਹੀ ਹੈ ਤਾਂ ਪਾਵਰ ਐਡ ਹੋ ਜੂਗੀ, ਤਾਂ 2 ਦੀ ਪਾਵਰ 2 ਬਣੇਗੀ, ਠੀਕ ਹੈ। 2 ਦੀ ਪਾਵਰ 2 ਕਿੰਨੀ ਹੁੰਦੀ ਹੈ, 4, ਤਾਂ ਇਹਨੂੰ ਮੈਂ ਲਿਖਿਆ 1/2 2 ਇੱਥੇ 25 ਦੀ ਪਾਵਰ 2 ਲਿਖਿਆ ਹੋਇਆ ਨਾ, ਇਹ ਬਾਹਰ ਮਲਟੀਪਲਾਈ ਹੋ ਜੂਗੀ। ਹਾਂਜੀ, ਕਿਸੇ ਵੀ ਸਟੂਡੈਂਟਸ ਨੂੰ ਕੋਈ ਡਾਊਟ ਆ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ, ਮੈਂ ਦੁਬਾਰਾ ਦੱਸ ਦਿੰਦੀ ਹਾਂ, ਜੇ ਕਿਤੋਂ ਨਹੀਂ ਪਤਾ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਜੇ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਕਿਹੜਾ ਕਨਸੈਪਟ ਨਹੀਂ ਸਮਝ ਆਇਆ। ਤਾਂ ਹੁਣ ਦੇਖੋ ਇੱਥੇ ਹੈਗਾ ਤੁਹਾਡੇ ਕੋਲ 1/2 2 3x - 3 ਬਣ ਗਿਆ, ਠੀਕ ਹੈ। ਮੈਂ 3 ਨੂੰ ਬ੍ਰੈਕਿਟ ਦੇ ਵਿੱਚ ਮਲਟੀਪਲਾਈ ਕਰਤਾ, ਉਸ ਤੋਂ ਬਾਅਦ ਇੱਥੇ ਕੀ ਆ ਤੁਹਾਡੇ ਕੋਲ 1/2, ਇਹਦੀ ਪਾਵਰ 2 ਦਿੱਤੀ ਆ, ਕਿਉਂਕਿ 2 2 2 ਦੀ ਪਾਵਰ 2 4 ਬਣਿਆ ਸੀ, ਠੀਕ ਹੈ, ਤਾਂ ਇਹ ਪਾਵਰ ਵੀ ਬਾਹਰ ਚਲੀ ਜਾਊਗੀ, ਇੱਥੇ ਬਣ ਗਿਆ 2 2 4 ਨਾਲ ਕੀ ਆ 3 - 2x ਬਰਾਬਰ ਆ ਗਿਆ 1/2 2 ਦੀ ਪਾਵਰ 5 ਨਾਲ ਐਕਸ ਪਲੱਸ 5। ਹੁਣ ਆ 5 ਨੂੰ ਵੀ ਤਾਂ ਮੈਂ ਬਾਹਰ ਲਿਖ ਸਕਦੀ ਹਾਂ ਨਾ, 5 ਨੂੰ ਵੀ ਮੈਂ ਬਾਹਰ, 2 ਦੀ ਪਾਵਰ 5 ਆ, ਠੀਕ ਹੈ, ਇਹਦੀ ਹੋਲ ਪਾਵਰ ਐਕਸ ਪਲੱਸ 1 ਦਿੱਤੀ ਆ। 1 ਦਾ ਦੇਖੋ a/b ਦਿੱਤਾ, ਉਹਦੀ ਪਾਵਰ ਜੇ ਤੁਹਾਨੂੰ m ਦਿੱਤੀ ਆ ਹੋਲ, ਤਾਂ ਇਹਦਾ ਮਤਲਬ a ਦੀ ਪਾਵਰ m b ਦੀ ਪਾਵਰ m, ਇਹਨੂੰ ਖੋਲ੍ਹ ਸਕਦੇ ਆ, ਇਹ ਕਨਸੈਪਟ ਆ, ਠੀਕ ਹੈ। ਤਾਂ a ਦੀ ਪਾਵਰ m, ਹੁਣ ਇੱਥੇ 1 ਦੀ ਪਾਵਰ x + 1 ਆ, 1 ਦੀ ਪਾਵਰ ਮਤਲਬ ਕੀ ਆ, ਪਾਵਰ ਹੋਣ ਦਾ ਮਤਲਬ ਕੀ ਆ ਕਿ ਨੰਬਰ, ਜਿਵੇਂ 2 ਦੀ ਪਾਵਰ 5 ਆ, ਕਿ ਨੰਬਰ 5 ਵਾਰ ਗੁਣਾ ਹੋ ਰਿਹਾ, ਪਾਵਰ ਹੋਣ ਦਾ ਮਤਲਬ ਆ ਕਿ ਨੰਬਰ 5 ਵਾਰ ਗੁਣਾ ਹੋ ਰਿਹਾ, ਤਾਂ 2 ਦੀ ਪਾਵਰ, ਤਾਂ 1 ਦੀ ਪਾਵਰ x + 1 ਆ, ਮਤਲਬ 1 x + 1 ਵਾਰੀ ਗੁਣਾ ਹੋ ਰਿਹਾ, ਅਤੇ 1 ਨੂੰ ਜਿੰਨੇ ਵਾਰ ਮਰਜ਼ੀ ਗੁਣਾ ਕਰੋ ਆਨਸਰ 1 ਹੀ ਆਉਣਾ, ਤਾਂ ਇੱਥੇ ਰਹਿ ਗਿਆ ਤੁਹਾਡੇ ਕੋਲ 1/2 ਵਾਰ ਇਹਦੀ ਪਾਵਰ ਲਿਖ ਸਕਦੀ ਹਾਂ, 5 x + 1, ਇਹ 5 ਨੂੰ ਮੈਂ ਵਾਰ ਲੈ ਗਈ, ਕਲੀਅਰ।
ਇਹ ਕਨਸੈਪਟ ਦੱਸਿਆ ਹੁਣ ਹੁਣ ਦੇਖੋ ਜਦੋਂ ਸੇਮ ਨੰਬਰ ਮਲਟੀਪਲਾਈ ਹੋਣ ਤਾਂ ਪਾਵਰ ਕੀ ਹੁੰਦੀ ਆ ਐਡ ਹੋ ਜਾਂਦੀ ਆ ਇੱਥੇ ਬਣ ਗਿਆ 3x ਮਾਈਨਸ 3 4 ਤੀਏ 12x 12 ਹੋ ਗਿਆ ਮਾਈਨਸ 4 ਦੂਣੀ 8x ਬਰਾਬਰ 1/2 ਨਾਲ ਆ ਗਿਆ 5x ਪਲੱਸ 5 ਬ੍ਰੈਕਿਟ ਦੇ ਅੰਦਰ ਲਿਆ ਕੇ ਨੰਬਰ ਮਲਟੀਪਲਾਈ ਕਰਤਾ ਹੋਰ ਕੁਛ ਵੀ ਨਹੀਂ ਕੀਤਾ ਅਤੇ ਜਦੋਂ ਸੇਮ ਨੰਬਰ ਬਰਾਬਰ ਹੋਣ ਬਰਾਬਰ ਦਾ ਸਾਈਨ ਆ ਜਦੋਂ ਸੇਮ ਨੰਬਰ ਮਲਟੀਪਲਾਈ ਹੋ ਰਹੇ ਸੀ ਪਾਵਰ ਐਡ ਹੋ ਗਈ ਅਤੇ ਜਦੋਂ ਸੇਮ ਨੰਬਰ ਬਰਾਬਰ ਪਏ ਆ ਬੇਸ ਬਰਾਬਰ ਪਏ ਆ ਤਾਂ ਪਾਵਰ ਵੀ ਕੀ ਹੋ ਗਈ ਬਰਾਬਰ ਹੋ ਗਈ ਤਾਂ ਇਹਨਾਂ ਦੀ ਪਾਵਰ ਕੀ ਹੋ ਗਈ ਬਰਾਬਰ ਹੋ ਗਈ ਠੀਕ ਹੈ ਹੁਣ ਅਸੀਂ ਐਕਸ ਆ ਜਿਹੜਾ ਆਸਾਨੀ ਨਾਲ ਫਾਇੰਡ ਆਊਟ ਕਰ ਸਕਦੇ ਹਾਂ ਤਾਂ ਹੁਣ ਦੇਖੋ ਇੱਥੇ 8x ਆ ਮਾਈਨਸ 8x ਪਲੱਸ 3x ਪਲੱਸ ਮਾਈਨਸ ਮਾਈਨਸ ਸਾਈਨ ਕਿਹਦਾ ਲੱਗਦਾ ਵੱਡੇ ਦਾ ਵੱਡਾ 8 ਅੱਗੇ ਮਾਈਨਸ ਆ ਤਾਂ 8 'ਚੋਂ 3 ਗਏ 5x ਇੱਦਾਂ ਸੇਮ ਇੱਦਾਂ ਹੀ ਪਲੱਸ ਮਾਈਨਸ ਮਾਈਨਸ ਸਾਈਨ ਕਿਹਦਾ ਲੱਗਣਾ ਵੱਡੇ ਦਾ ਵੱਡਾ 12 12 ਅੱਗੇ ਪਲੱਸ ਆ 12 'ਚੋਂ 3 ਗਏ 9 ਬਰਾਬਰ 5x ਪਲੱਸ 5 ਹੁਣ ਇਹ 5 ਇੱਧਰ ਆ ਕੇ ਕੀ ਹੋ ਜੂਗਾ ਮਾਈਨਸ ਮੈਕਸ ਵਾਲੇ ਟਰਮਸ ਇੱਕ ਸਾਈਡ ਲੈ ਆਈ ਅਤੇ ਸਿੰਪਲ ਨੰਬਰ ਇੱਕ ਸਾਈਡ ਆ 9 ਇੱਧਰ ਪਲੱਸ ਹੋ ਰਿਹਾ ਸਾਈਡ ਚੇਂਜ ਹੋਊਗੀ ਤਾਂ ਸਾਈਨ ਵੀ ਚੇਂਜ ਹੋ ਜਾਣਾ ਮਾਈਨਸ 9 ਇੱਥੇ ਆ ਗਿਆ ਮਾਈਨਸ 4 ਠੀਕ ਹੈ ਮਾਈਨਸ 5 ਮਾਈਨਸ 5 ਮਾਈਨਸ 10 ਐਕਸ ਬਰਾਬਰ ਮਾਈਨਸ 4 ਜੇ ਮਾਈਨਸ 4 ਆ ਤਾਂ ਮਾਈਨਸ ਨਾਲ ਮਾਈਨਸ ਕੈਂਸਲ ਤਾਂ ਐਕਸ ਤੁਹਾਡੇ ਕੋਲ ਆ ਗਿਆ 4/10 ਹੁਣ ਐਕਸ ਆ ਗਿਆ 4/10 ਤਾਂ ਇਹਨੂੰ ਮੈਂ ਲਿਖ ਸਕਦੀ ਹਾਂ ਹੇਠਾਂ 1 0 ਆ 1 ਡਿਜਿਟ ਛੱਡ ਕੇ ਪੁਆਇੰਟ ਲਾਤਾ 0.4 ਤਾਂ ਆਪਸ਼ਨ ਡੀ ਇੱਥੇ ਤੁਹਾਡੇ ਕੋਲ ਰਾਈਟ ਆਨਸਰ ਹੈ ਠੀਕ ਹੈ ਜੀ ਹਾਂਜੀ ਅਤੇ ਕਮੈਂਟ ਆ ਰਿਹਾ ਕਿ ਇਹਨੂੰ ਸ਼ੁਰੂ ਸਟਾਰਟਿੰਗ ਤੋਂ ਐਕਸਪਲੇਨ ਕਰ ਦਿੱਤਾ ਜਾਵੇ ਤਾਂ ਜੋ ਸਾਨੂੰ ਸਮਝ ਲੱਗ ਜਾਵੇ ਤਾਂ ਮੈਂ ਦੁਬਾਰਾ ਸਮਝਾ ਰਹੀ ਹਾਂ ਪ੍ਰਨੀਤ ਚੌਧਰੀ ਨੇ ਮੈਸੇਜ ਕੀਤਾ ਤਾਂ 0.1125 ਦੀ ਪਾਵਰ ਐਕਸ ਮਾਈਨਸ 1 ਆ 0.0625 ਦੀ ਪਾਵਰ 3 ਮਾਈਨਸ 2x ਆ 1/32 ਦੀ ਪਾਵਰ ਐਕਸ ਪਲੱਸ 1 ਆ ਤਾਂ ਹੁਣ ਦੇਖੋ ਇਹਦੇ ਵਿੱਚ ਜਦੋਂ ਇੱਥੋਂ ਮੈਨੂੰ ਪਤਾ ਲੱਗ ਰਿਹਾ ਕਿ ਮੈਂ 5 'ਚ ਕਨਵਰਟ ਕਰ ਸਕਦੀ ਹਾਂ ਪਰ 1/32 ਨੂੰ ਮੈਂ 5 'ਚ ਕਨਵਰਟ ਨਹੀਂ ਕਰ ਸਕਦੀ ਤਾਂ 32 ਨੂੰ ਮੈਂ ਕਿਹਦੇ ਵਿੱਚ ਲਿਖ ਸਕਦੀ ਹਾਂ ਛੋਟੇ ਤੋਂ ਛੋਟੇ ਵਿੱਚ ਪਾਵਰ ਦੇ ਵਿੱਚ 2 ਦੀ ਪਾਵਰ 5 ਲਿਖ ਸਕਦੀ ਹਾਂ ਨਾ 32 ਨੂੰ ਤਾਂ ਇੱਥੇ ਮੈਂ 2 ਦੀ ਪਾਵਰ 5 ਲਿਖਿਆ ਜਿਵੇਂ ਇਹਨੂੰ 2 ਦੀ ਪਾਵਰ 5 'ਚ ਲਿਖ ਰਹੀ ਹਾਂ ਜਦੋਂ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜਦੋਂ ਵੀ ਤੁਹਾਡੇ ਕੋਲ ਲੈਟਰ ਦੇ ਵਿੱਚ ਕੋਈ ਨੰਬਰ ਪਿਆ ਤਾਂ ਤੁਸੀਂ ਉਹ ਲੈਟਰ ਫਾਇੰਡ ਆਊਟ ਕਰਨਾ ਮਤਲਬ ਵੇਰੀਏਬਲ ਫਾਇੰਡ ਆਊਟ ਕਰਨਾ ਤਾਂ ਉਸ ਵੇਰੀਏਬਲ ਨੂੰ ਫਾਇੰਡ ਆਊਟ ਕਰਨ ਦੇ ਲਈ ਤੁਹਾਨੂੰ ਇਹਦੀਆਂ ਪਾਵਰ ਇਹਦੇ ਬੇਸ ਸੇਮ ਕਰਨੇ ਪੈਣੇ ਆ ਜਿਵੇਂ ਮੈਂ ਇੱਥੇ ਬੇਸ ਸੇਮ ਕੀਤਾ 1/2 1/2 ਠੀਕ ਹੈ ਬੇਸ ਸੇਮ ਕਰਨੇ ਪੈਣੇ ਆ ਇੱਧਰ ਤਾਂ ਬਣ ਗਿਆ 1/2 ਅਤੇ ਇੱਧਰ ਵੀ 1/2 ਬਣਾਉਣ ਦੇ ਲਈ ਮੈਂ ਇਹਨੂੰ ਛੋਟੇ ਤੋਂ ਛੋਟੇ ਦੇ ਵਿੱਚ ਕਨਵਰਟ ਕਰਨਾ ਸ਼ੁਰੂ ਕਰਤਾ ਤਾਂ 0.125 ਨੂੰ ਮੈਂ ਲਿਖ ਸਕਦੀ ਹਾਂ 0.5 0.5 ਦੀ ਪਾਵਰ 3 ਆ 3 ਦਾ ਮਤਲਬ ਕੀ ਆ ਕਿ ਇਹ ਨੰਬਰ 3 ਵਾਰ ਗੁਣਾ ਹੋ ਰਿਹਾ ਪਾਵਰ ਹੋਣ ਦਾ ਮਤਲਬ ਕਿ ਨੰਬਰ ਓਨੇ ਵਾਰ ਗੁਣਾ ਹੋ ਰਿਹਾ ਜਿੰਨੇ ਵਾਰ ਪਾਵਰ ਦਿੱਤੀ ਹੋਈ ਆ ਤੁਹਾਨੂੰ ਤਾਂ ਨੰਬਰ 3 ਵਾਰ ਗੁਣਾ ਹੋ ਰਿਹਾ 5 5 25 25 5 125 ਤਾਂ ਡਿਜਿਟ ਕਿੰਨੇ ਆ 1 2 3 ਛੱਡ ਕੇ ਪੁਆਇੰਟ ਲਾ ਦੇਣਾ 3 ਡਿਜਿਟ ਛੱਡ ਕੇ ਤੁਸੀਂ ਕੀ ਲਾ ਦੇਣਾ ਪੁਆਇੰਟ ਲਗਾ ਦੇਣਾ ਠੀਕ ਹੈ ਉਸ ਤੋਂ ਬਾਅਦ ਕੀ ਹੈ ਤੁਹਾਡੇ ਕੋਲ ਦਿੱਤਾ ਹੋਇਆ 0.0625 ਇਹਨੂੰ ਮੈਂ ਲਿਖ ਸਕਦੀ ਹਾਂ 0.25
ਤਾਂ 0.25 ਗੁਣਾ 0.25 ਕਰੋਗੇ, ਇਹ ਤੁਹਾਡੇ ਕੋਲ ਬਣ ਜਾਣਾ 1/4 ਜਦੋਂ ਤੁਸੀਂ ਪੁਆਇੰਟ ਨੂੰ ਰਿਮੂਵ ਕਰੋਗੇ। ਠੀਕ ਹੈ, ਪੁਆਇੰਟ ਰਿਮੂਵ ਕਰਕੇ 1/4 ਬਣ ਜੂਗਾ, ਉਹਨੂੰ ਮੈਂ 2 ਦੀ ਘਾਤ 2 ਲਿਖਤੀ ਕਿਉਂਕਿ ਇਹ 4 ਬਣ ਜੂਗਾ। ਫਿਰ 1/2 ਦੀ ਪਾਵਰ, ਇਹ ਬ੍ਰੈਕਿਟ ਦੇ ਵਿੱਚ ਆ ਨੰਬਰ, ਐਕਸ ਮਾਈਨਸ 1 ਬ੍ਰੈਕਿਟ 'ਚ ਆ, ਤਾਂ ਅੰਦਰ ਬ੍ਰੈਕਿਟ ਦੇ ਵਿੱਚ ਮਾਈਨਸ ਕੀਤਾ 3x-3, ਫਿਰ 3 × 6, ਅਤੇ ਉਹ 6 ਕਰਨ ਤੋਂ ਪਹਿਲਾਂ ਕੀ ਆ, ਇੱਥੇ 2 ਪਿਆ ਅਤੇ ਇੱਥੇ ਵੀ 2 ਦੀ ਪਾਵਰ 2 ਪਈ ਆ, ਉਹ 2 ਦੀ ਪਾਵਰ 2 ਨੂੰ ਮੈਂ ਬਾਹਰ ਲਿਜਾ ਕੇ ਮਲਟੀਪਲਾਈ ਕਰਤਾ। ਠੀਕ ਹੈ, 1/2 ਦੀ ਪਾਵਰ 2 ਦਿੱਤੀ ਆ, ਇਹਨੂੰ ਮੈਂ ਬਾਹਰ ਲਿਜਾ ਕੇ ਮਲਟੀਪਲਾਈ ਕਰਤਾ 3-2x। ਠੀਕ ਹੈ, ਇਜ਼ ਇਕੁਅਲਸ ਟੂ 1/2 ਪਾਵਰ 5 x+1, ਇਹ ਇੱਦਾਂ ਹੀ ਰਹੂਗਾ ਨੰਬਰ ਤੁਹਾਡਾ, ਸਿਰਫ ਇਹਨੂੰ ਕਨਵਰਟ ਕਰ ਰਹੇ ਹਾਂ। ਹੁਣ ਦੇਖੋ ਇਹ ਨੰਬਰ ਬਣਿਆ ਸੀਗਾ 1/4, ਇਹਨੂੰ ਮੈਂ ਲਿਖਤਾ 1/4 ਸਕੇਅਰ, ਮਤਲਬ 2 ਦੀ ਪਾਵਰ 2, ਤਾਂ ਇਹਨੂੰ ਮੈਂ ਸਾਰੇ ਦੀ ਹੋਲ ਪਾਵਰ ਲਿਖ ਸਕਦੀ ਹਾਂ 2, ਅਤੇ ਉਹ ਪਾਵਰ ਹੀ ਮਲਟੀਪਲਾਈ ਹੋ ਰਹੀ ਆ ਅੱਗੇ, 2 × 4 ਬਣ ਗਿਆ, 4 ਨੂੰ 3-2x ਨਾਲ ਗੁਣਾ ਕੀਤਾ ਤਾਂ ਉਹ ਬ੍ਰੈਕਿਟ ਦੇ ਵਿੱਚ ਜਾ ਕੇ ਗੁਣਾ ਹੋ ਕੇ ਸੇਮ ਨੰਬਰ ਜਦੋਂ ਮਲਟੀਪਲਾਈ ਹੁੰਦੇ ਆ ਤਾਂ ਪਾਵਰ ਐਡ ਹੋ ਜਾਂਦੀ ਆ, ਪਾਵਰ ਜੁੜ ਜਾਂਦੀ ਆ, ਤਾਂ ਇਸ ਕਰਕੇ ਮੈਂ ਇਹਨਾਂ ਨੂੰ ਜੋੜਤਾ। ਠੀਕ ਹੈ, ਜੋੜੋਗੇ ਪਲੱਸ ਮਾਈਨਸ, ਮਾਈਨਸ ਪਲੱਸ ਮਾਈਨਸ ਮਾਈਨਸ ਹੁੰਦਾ, ਇਸ ਕਰਕੇ ਮਾਈਨਸ ਦਾ ਸਾਈਨ ਆ ਇੱਥੇ, ਤਾਂ ਹੁਣ ਜਦੋਂ ਬੇਸ ਸੇਮ ਆ ਤਾਂ ਪਾਵਰ ਕੀ ਹੋ ਗਈ, ਸੇਮ ਹੋ ਗਈ। ਐਕਸ ਵਾਲੀਆਂ ਟਰਮਸ 1 ਸਾਈਡ ਲੈ ਆਉਂਦੀਆਂ, ਸਿੰਪਲ ਟਰਮਸ ਤੁਸੀਂ 1 ਸਾਈਡ ਲੈ ਕੇ ਕੋਨਸਟੈਂਟ, ਤਾਂ ਉਹਨਾਂ ਨੂੰ ਜਦੋਂ ਸੋਲਵ ਕੀਤਾ 0.4 ਤੁਹਾਡੇ ਕੋਲ ਆਨਸਰ ਆ ਗਿਆ। ਕਲੀਅਰ? ਨਹੀਂ ਜੀ, ਇੰਗਲਿਸ਼ ਦੀ ਕਲਾਸ ਨਹੀਂ ਲੱਗ ਰਹੀ, ਪਹਿਲਾਂ ਪ੍ਰੀਵੀਅਸ ਲਗਾਈਆਂ ਪਈਆਂ ਵਾ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਜਦੋਂ ਪਹਿਲਾਂ ਤਿਆਰੀ ਕਰਵਾਈ ਸੀ। ਠੀਕ ਹੈ, ਅਤੇ ਅਮਨਦੀਪ ਸਿੰਘ ਪੁੱਛ ਰਹੇ ਆ ਕਿ ਕਲਾਸ ਲਾਈਵ ਚੱਲ ਰਹੀ ਆ, ਤਾਂ ਮੇਰੇ ਕੋਲ ਪੂਰੇ ਇੱਥੇ 9:57 ਹੋ ਗਏ ਆ, ਅਤੇ ਤੁਸੀਂ ਵੀ ਆਪਦਾ ਚੈੱਕ ਕਰ ਸਕਦੇ ਹੋ ਕਿ 9:57 ਤੁਹਾਡੇ ਕੋਲ ਹੋਏ ਆ ਜਾਂ ਨਹੀਂ ਹੋਏ। ਠੀਕ ਹੈ, ਤਾਂ ਕਲਾਸ ਲਾਈਵ ਹੀ ਚੱਲ ਰਹੀ ਆ ਤੁਹਾਡੀ, ਇਸੇ ਕਰਕੇ ਤਾਂ ਤੁਹਾਨੂੰ ਕਹਿ ਰਹੇ ਹਾਂ ਵਾਰ ਵਾਰ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਟੂਡੈਂਟਸ ਨੂੰ ਨਾਲ ਐਡ ਕਰੋ, ਵੱਧ ਤੋਂ ਵੱਧ ਲਿੰਕ ਸ਼ੇਅਰ ਕਰੋ ਕਲਾਸ ਦਾ। ਹਾਂਜੀ, ਅੱਗੇ ਆ 6th sum। 6th sum ਦੇ ਵਿੱਚ ਤੁਹਾਨੂੰ ਦਿੱਤਾ ਹੋਇਆ 0.2 raised to power 2 +0.1 raised to power 2। ਇੱਥੇ ਇੱਕ ਕਨਸੈਪਟ ਮੈਂ ਤੁਹਾਨੂੰ ਨਵਾਂ ਦੱਸਣ ਵਾਲੀ ਹਾਂ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ, ਸਿੰਪਲ ਵੀ ਕਈ ਵਾਰ ਐਗਜ਼ਾਮ 'ਚ ਪੁੱਛ ਲਿਆ ਜਾਂਦਾ। ਠੀਕ ਹੈ, ਤਾਂ ਇਹਦੇ ਵਿੱਚ ਆਪਸ਼ਨ ਏ ਆ 5/3, 7/3, 4/3 ਅਤੇ 1। ਹੁਣ ਦੇਖੋ ਕਿਸੇ ਵੀ ਨੰਬਰ ਦੀ ਪਾਵਰ ਨੈਗੇਟਿਵ ਆ ਨਾ, ਜਾਣੀ ਕਿ ਐਕਸ ਇਨਵਰਸ ਬੋਲ ਦਿੰਦੇ ਹਾਂ ਉਹਨੂੰ, ਨੈਗੇਟਿਵ ਆਫ 1 ਨੂੰ ਐਕਸ ਇਨਵਰਸ ਬੋਲਦੇ ਹਾਂ। ਠੀਕ ਹੈ, ਤਾਂ ਇਹ ਕੀ ਹੁੰਦਾ ਵਾ, ਇੱਥੇ 1/x ਹੁੰਦਾ, ਇਹਦਾ ਮਤਲਬ ਕੀ ਆ, 1/x, ਕਿਉਂਕਿ ਮੈਂ ਤੁਹਾਨੂੰ ਦੱਸਿਆ ਜਦੋਂ ਸੇਮ ਨੰਬਰ ਡਿਵਾਈਡ ਹੁੰਦੇ ਆ ਪਾਵਰ ਮਾਈਨਸ ਹੋ ਜਾਂਦੀ ਆ, ਪਰ ਇੱਥੇ 1/x ਆ, 1/x ਆ। ਜਦੋਂ ਵੀ ਕਿਸੇ ਨੰਬਰ ਦੀ ਪਾਵਰ 0 ਹੋਵੇ, ਆਨਸਰ 1 ਹੁੰਦਾ, ਤਾਂ ਮੈਂ ਇਸ 1 ਨੂੰ ਲਿਖ ਸਕਦੀ ਹਾਂ x^0/x। ਠੀਕ ਹੈ, ਤਾਂ x^0/x ਮਤਲਬ x^0
ਮਾਈਨਸ 1 ਜਦੋਂ ਸੇਮ ਨੰਬਰ ਡਿਵਾਈਡ ਹੁੰਦੇ ਆ ਤਾਂ ਪਾਵਰ ਮਾਈਨਸ 1 ਮਾਈਨਸ ਹੋ ਜਾਂਦੀ ਆ, ਤਾਂ ਇਸ ਕਰਕੇ ਤੁਹਾਡੇ ਕੋਲ ਬਣਦਾ 0 ਮਾਈਨਸ 1 ਮਾਈਨਸ 1 ਕਿ x ਇਨਵਰਸ 1 ਅਪੋਨ x ਹੁੰਦਾ। ਇਹਨੂੰ ਧਿਆਨ ਦੇ ਵਿੱਚ ਰੱਖਣਾ, ਠੀਕ ਹੈ। ਜਦੋਂ ਵੀ ਕਿਸੇ ਨੰਬਰ ਦੀ ਪਾਵਰ ਨੈਗੇਟਿਵ 'ਚ ਹੋਵੇ ਮਤਲਬ ਉਹ ਨੰਬਰ ਹੇਠਾਂ ਪਿਆ ਵਾ ਫਰੈਕਸ਼ਨ ਦੇ ਵਿੱਚ 1/y ਦੀ ਫੋਰਮ ਦੇ ਵਿੱਚ, 1/2 ਦੀ ਫੋਰਮ ਦੇ ਵਿੱਚ ਪਿਆ ਵਾ, ਠੀਕ ਹੈ। ਹਾਂਜੀ, ਇੱਕ ਵਾਰੀ ਸਟੇਟਮੈਂਟ ਦੁਬਾਰਾ ਚੈੱਕ ਕਰ ਲੈਂਦੇ ਹਾਂ। ਸਟੇਟਮੈਂਟ ਸਹੀ ਲਿਖੀ ਆ ਬਿਲਕੁਲ। ਹਾਂਜੀ, ਅੱਗੇ ਦੇਖੋ 0.2 ਦੀ ਪਾਵਰ 2 ਦਿੱਤੀ ਆ। 0.2 ਦੀ ਪਾਵਰ 2 ਹੋਣ ਦਾ ਮਤਲਬ ਕਿ ਨੰਬਰ ਆ ਜਿਹੜਾ 2 ਵਾਰ ਗੁਣਾ ਹੋ ਰਿਹਾ, ਤਾਂ 2 × 2 ਕਿੰਨੇ ਹੋ ਗਏ 4, 1 point, ਠੀਕ ਹੈ। ਫਿਰ 2 point ਕਿੰਨੇ ਡਿਜਿਟ ਆ, 1, 2, 2 ਡਿਜਿਟ ਛੱਡ ਕੇ ਪੁਆਇੰਟ ਆ, ਤਾਂ ਮੈਂ 2 ਡਿਜਿਟ ਛੱਡ ਕੇ ਪੁਆਇੰਟ ਲਾਤਾ 0.04, ਕਲੀਅਰ। ਅੱਗੇ ਆ 0.1 ਗੁਣਾ 0.1, 1 × 1 ਹੋ ਗਿਆ, ਠੀਕ ਹੈ। ਡਿਜਿਟ ਕਿੰਨੇ ਆ, ਪੁਆਇੰਟ ਕਿੰਨੇ ਡਿਜਿਟ ਤੋਂ ਬਾਅਦ ਆ, ਟੋਟਲ 2, 1 ਏ ਵਾਲਾ ਅਤੇ 1 ਏ ਵਾਲਾ, 2 ਹੋ ਗਏ, ਤਾਂ 0.01। ਤਾਂ ਇਹਨੂੰ ਮੈਂ ਲਿਖ ਸਕਦੀ ਹਾਂ 0.04 ਪਲੱਸ 0.01 ਬਾਰ ਹੋਲ ਪਾਵਰ ਦਿੱਤੀ ਹੋਈ ਆ ਤੁਹਾਨੂੰ। ਹੋਲ ਪਾਵਰ ਪਤਾ ਨਹੀਂ ਬਾਏ ਮਿਸਟੇਕ ਜਾਂ ਮੇਰੇ ਤੋਂ ਨਹੀਂ ਲਿਖੀ ਗਈ ਗੀ ਜਾਂ ਦਿੱਤੀ ਹੋਈ ਨਹੀਂ ਸੀ, ਇਹਦੇ ਬਾਰੇ ਅਜੇ ਕੁਛ ਕਨਫਰਮ ਨਹੀਂ ਗਾ। ਇੱਥੇ ਛੱਡ ਲੈਂਦੇ ਹਾਂ ਇੱਕ ਵਾਰੀ ਇੱਦਾਂ ਹੀ, ਇਹਨਾਂ ਨੂੰ ਐਡ ਕਰਕੇ ਪਤਾ ਲੱਗੂਗਾ ਆਪਸ਼ਨ ਤੋਂ ਕਿ ਅਸੀਂ ਸਹੀ ਕਰ ਰਹੇ ਹਾਂ ਕਿ ਨਹੀਂ। ਤਾਂ 0.05 ਬਣ ਗਿਆ। ਇੱਕ ਬ੍ਰੈਕਿਟ ਤਾਂ ਹੋ ਗਈ ਸੋਲਵ, ਦੂਸਰੀ ਸੋਲਵ ਕਰਨ ਦੇ ਲਈ ਕੀ ਆ, 0.05, 0.02 ਲਿਖਿਆ ਤਾਂ 0.03 ਰਹਿ ਗਿਆ, ਮਾਈਨਸ ਹੋ ਰਿਹਾ, 5 × 2 = 3, ਠੀਕ ਹੈ। ਨਾਲ 0 ਆ, ਪੁਆਇੰਟ ਆ, ਫਿਰ ਪੁਆਇੰਟ ਆ, ਠੀਕ ਹੈ, 0 ਲਗਾ ਕੇ। ਤਾਂ ਇਹ ਲਿਖਿਆ ਇਨਵਰਸ 'ਚ। ਇਨਵਰਸ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਦਾ ਮਤਲਬ ਹੁੰਦਾ ਬਟਾ, 0.03। ਹੁਣ ਮੈਂ ਪੁਆਇੰਟ ਰਿਮੂਵ ਕਰਾਂ ਤਾਂ 5 ਤੋਂ ਆਫਟਰ ਪੁਆਇੰਟ ਕਿੰਨੇ ਡਿਜਿਟ ਦਿੱਤੇ ਆ, ਆਫਟਰ ਪੁਆਇੰਟ ਕਿੰਨੇ ਡਿਜਿਟ ਦਿੱਤੇ ਆ, ਦੇਖੋ 0.05, 2 ਡਿਜਿਟ ਦਿੱਤੇ ਆ ਪੁਆਇੰਟ ਤੋਂ ਬਾਅਦ, 1, 2, ਪੁਆਇੰਟ ਤੋਂ ਬਾਅਦ 2 ਅੰਕ ਦਿੱਤੇ ਆ, ਮਤਲਬ 5/100, ਠੀਕ ਹੈ। ਤਾਂ ਮੈਂ ਪੁਆਇੰਟ ਰਿਮੂਵ ਕਰਤਾ 5/100, ਸੇਮ ਹੇਠਾਂ ਇਹਨੂੰ ਥੋੜ੍ਹਾ ਵੱਡਾ ਡਿਵਾਈਡ ਪਾ ਲਿਆ, ਹੇਠਾਂ ਵੀ ਤੁਹਾਡੇ ਕੋਲ 3/100 ਬਣ ਜਾਣੇ ਆ, 100 ਨਾਲ 100 ਕੈਂਸਲ ਹੋ ਜਾਣਾ ਵਾ, ਠੀਕ ਹੈ। ਕਿਉਂ ਕੈਂਸਲ ਹੋਣਾ ਵਾ, ਕਿਉਂਕਿ ਜਦੋਂ ਸੇਮ ਫਰੈਕਸ਼ਨ ਡਿਵਾਈਡ ਹੋਣ ਤਾਂ ਸਭ ਤੋਂ ਉੱਪਰ ਵਾਲਾ ਅਤੇ ਹੇਠਾਂ ਵਾਲਾ ਨੰਬਰ ਆਪਸ 'ਚ ਮਲਟੀਪਲਾਈ ਹੋ ਕੇ ਉੱਪਰ ਲਿਖੀ ਦੇ ਆ, ਸੈਂਟਰ ਵਾਲੇ ਨੰਬਰ ਆਪਸ 'ਚ ਮਲਟੀਪਲਾਈ ਹੋ ਜਾਂਦੇ ਆ ਅਤੇ ਇਹਨੂੰ ਹੇਠਾਂ ਲਿਖੀਦਾ। 100 ਨਾਲ 100 ਕੈਂਸਲ, 5/3 ਆਂਸਰ ਆਪਸ਼ਨ ਏ 'ਚ ਪਿਆ ਵਾ, ਤਾਂ ਸਟੇਟਮੈਂਟ ਬਿਲਕੁਲ ਸਹੀ ਸੀ, ਠੀਕ ਹੈ। ਇੱਕ ਵਾਰ ਤਾਂ ਦੇਖ ਕੇ ਇੱਦਾਂ ਲੱਗਿਆ ਸੀ ਕਿ 2 ਬ੍ਰੈਕਿਟ ਪਾਈਆਂ, ਹੋ ਸਕਦਾ ਇਹਦੀ ਪਾਵਰ ਹੋਵੇ, ਪਰ ਨਹੀਂ ਦਿੱਤੀ ਗਈ ਪਾਵਰ, ਆਂਸਰ ਆ ਗਿਆ, ਆਪਸ਼ਨ ਮਿਲ ਗਈ ਆ, ਕਲੀਅਰ। ਹਾਂਜੀ, ਅੱਗੇ ਅਸੀਂ ਕਰਦੇ ਹਾਂ ਨੈਕਸਟ ਸਮ। ਹਾਂਜੀ, ਅਗਲੇ ਦੇ ਵਿੱਚ ਤੁਹਾਨੂੰ ਦਿੱਤਾ ਵਾ 7th ਸਮ ਕਰਵਾ ਰਹੀ ਹਾਂ ਮੈਂ। ਐਕਸ ਪਾਵਰ ਵਾਈ ਬਰਾਬਰ ਵਾਈ ਪਾਵਰ ਐਕਸ ਹੈ ਤਾਂ x/y ਦੀ ਪਾਵਰ x/y ਦਾ ਮੁੱਲ ਪਤਾ ਕਰੋ। ਇਹਦੇ 'ਤੇ ਸੇਮ ਕੰਸੈਪਟ ਇਨਵਰਸ ਵਾਲਾ ਲੱਗਣਾ। ਹਾਂਜੀ, ਮੁੱਲ ਪਤਾ ਕਰੋ ਅਤੇ ਇਹਦੀਆਂ ਇਹਦੀ ਜਿਹੜੀ ਆਪਸ਼ਨਸ ਆ ਉਹ ਮੈਂ ਤੁਹਾਡੇ ਸਾਹਮਣੇ ਲਿਖ ਦਿੰਦੀ ਹਾਂ ਇੱਥੇ। ਏ ਆਪਸ਼ਨ x/y, ਬੀ ਆਪਸ਼ਨ x/y, ਸੀ ਆਪਸ਼ਨ ਆ y/x ਅਤੇ ਡੀ ਆਪਸ਼ਨ ਆ x/y, ਠੀਕ ਹੈ। ਹਾਂਜੀ, ਅੱਗੇ ਦੇਖੋ ਇਹ ਸਮ ਕਰਨ ਦੇ ਲਈ ਤੁਹਾਨੂੰ ਜਿਹੜੀ ਗਿਵਨ ਕੰਡੀਸ਼ਨ ਆ, ਗਿਵਨ ਹੈਗਾ ਕਿ x^y = y^x ਇਕੁਅਲ ਆ, ਤਾਂ ਇਹਨੇ ਕਿਤੇ ਨਾ ਕਿਤੇ ਇਹਦੇ ਵਿੱਚ ਵਰਤੇ ਜਾਣਾ ਜੋ ਅਸੀਂ ਸੋਲਵ ਕਰਨਾ ਵਾ, ਜਿਹਦਾ ਉਹਨੇ ਨੰਬਰ ਸਾਨੂੰ ਜਿਹਦਾ ਮੁੱਲ ਪੁੱਛਿਆ ਵਾ। ਤਾਂ x/y ਦੀ ਹੋਲ ਪਾਵਰ x/y ਆ, ਤਾਂ ਇੱਥੇ ਮੈਂ ਤੁਹਾਨੂੰ ਇੱਕ ਕੰਸੈਪਟ ਪਹਿਲਾਂ ਵੀ ਕਰਵਾਇਆ,
ਕਿ ਏ ਪਾਵਰ ਬੀ ਦਿੱਤਾ ਵਾਰ ਪਾਵਰ ਐੱਮ ਆ, ਇਹਦਾ ਮਤਲਬ ਏ ਪਾਵਰ ਐੱਮ ਆ ਅਤੇ ਬੀ ਪਾਵਰ ਐੱਮ ਆ, ਠੀਕ ਹੈ। ਤਾਂ ਇੱਥੇ ਮੈਂ ਲਿਖ ਸਕਦੀ ਹਾਂ ਐਕਸ ਪਾਵਰ ਐਕਸ ਵਟਾ ਵਾਈ, ਸੇਮ ਇਸੇ ਤਰ੍ਹਾਂ ਵਾਈ ਦੀ ਪਾਵਰ ਐਕਸ ਵਟਾ ਵਾਈ, ਇਹ ਕਨਸੈਪਟ ਆ ਇਹ ਵਿੱਚ ਲੱਗਿਆ ਵਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਐਕਸ ਦੀ ਪਾਵਰ ਐਕਸ ਬਾਹਰ ਹੈਗੀ ਆ ਇੱਕ ਵਟਾ ਵਾਈ, ਅਤੇ ਇੱਥੇ ਹੈਗਾ ਵਾਈ ਦੀ ਪਾਵਰ ਐਕਸ ਵਾਰ ਹੈਗਾ ਤੁਹਾਡੇ ਕੋਲ ਐਕਸ ਵਟਾ ਵਾਈ, ਇਹ ਕਲੀਅਰ ਆ, ਸੋਰੀ ਇੱਕ ਵਟਾ ਵਾਈ। ਮੈਂ ਇਹਨੂੰ ਬਸ ਪਾਵਰ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਰਵਾਇਆ ਸੀ ਕਿ ਇਹ ਕਨਸੈਪਟ ਆ ਏ ਰੇਸ ਟੂ ਪਾਵਰ ਐੱਮ ਹੋਲ ਪਾਵਰ ਐੱਨ ਆ, ਤਾਂ ਪਾਵਰ ਆਪਸ 'ਚ ਮਲਟੀਪਲਾਈ ਹੋ ਜੂਗੀ। ਹੁਣ ਪਾਵਰ ਪਹਿਲਾਂ ਹੀ ਮਲਟੀਪਲੀਕੇਸ਼ਨ ਦੇ ਵਿੱਚ ਸੀਗੀਆਂ, ਤਾਂ ਮੈਂ ਅੰਦਰ ਸ਼ਿਫਟ ਕੀਤੀ ਆ ਕਿ ਐਕਸ ਪਾਵਰ ਐਕਸ ਅਤੇ ਵਾਈ ਦੀ ਪਾਵਰ ਐਕਸ, ਤਾਂ ਜੋ ਮੈਨੂੰ ਵਾਈ ਦੀ ਪਾਵਰ ਐਕਸ ਗਿਵਨ ਦਿੱਤਾ ਹੋਇਆ ਮੈਂ ਇਹਨੂੰ ਵਿੱਚ ਵਰਤ ਸਕਾਂ, ਇਹ ਵਰਤ ਕੇ ਆਪਣਾ ਆਂਸਰ ਲਿਆ ਸਕਾਂ, ਇਹਨੂੰ ਸੋਲਵ ਕਰ ਸਕਾਂ। ਜਿਹੜੀ ਚੀਜ਼ ਦਿੱਤੀ ਹੋਈ ਆ ਉਹ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਵਰਤੀ ਜਾਣੀ ਆ, ਠੀਕ ਹੈ। ਤਾਂ ਹੁਣ ਤੁਹਾਨੂੰ ਦਿੱਤਾ ਹੋਇਆ ਇੱਥੇ ਐਕਸ ਰੇਸ ਟੂ ਪਾਵਰ ਐਕਸ, ਇਹਦੇ ਸਾਰੇ ਦੀ ਹੋਲ ਪਾਵਰ ਇੱਕ ਵਟਾ ਵਾਈ ਆ, ਅਤੇ ਇੱਧਰ ਵਾਈ ਪਾਵਰ ਐਕਸ ਕੀ ਬਣ ਗਿਆ, ਐਕਸ ਰੇਸ ਟੂ ਪਾਵਰ ਵਾਈ ਦੀ ਪਾਵਰ ਵਨ ਅਪੋਨ ਵਾਈ, ਠੀਕ ਹੈ। ਐਕਸ ਰੇਸ ਟੂ ਪਾਵਰ ਵਾਈ ਦੀ ਪਾਵਰ ਵਨ ਅਪੋਨ ਵਾਈ, ਐਕਸ ਰੇਸ ਟੂ ਪਾਵਰ ਵਾਈ, ਠੀਕ ਹੈ। ਵਾਈ ਰੇਸ ਟੂ ਪਾਵਰ ਐਕਸ ਕਿਹਦੇ ਕੋਲ, ਐਕਸ ਰੇਸ ਟੂ ਪਾਵਰ ਵਾਈ ਦੇ। ਤਾਂ ਹੁਣ ਇੱਥੇ ਕੀ ਹੈ ਤੁਹਾਡੇ ਕੋਲ, ਵਾਈ ਦੀ ਪਾਵਰ ਵਾਈ ਨਾਲ ਵਾਈ ਕੈਂਸਲ ਹੋ ਜਾਣਾ, ਜਦੋਂ ਤੁਹਾਡੇ ਕੋਲ ਇੱਥੇ ਵਾਈ ਨਾਲ ਵਾਈ ਕੈਂਸਲ ਹੋਇਆ ਤਾਂ ਇੱਥੇ ਬਣ ਗਿਆ ਤੁਹਾਡੇ ਕੋਲ ਐਕਸ, ਐਕਸ ਰੇਸ ਟੂ ਪਾਵਰ ਐਕਸ। ਜਾਂ ਇਹਨੂੰ ਤੁਸੀਂ ਹੋਰ ਵੀ ਈਜ਼ੀ ਢੰਗ ਨਾਲ ਕਰ ਸਕਦੇ ਹੋ, ਦੇਖੋ ਇਹਨੂੰ ਮੈਂ ਲਿਖ ਸਕਦੀ ਹਾਂ ਐਕਸ ਰੇਸ ਟੂ ਪਾਵਰ ਐਕਸ ਹੋਲ ਪਾਵਰ ਵਨ ਅਪੋਨ ਵਾਈ, ਠੀਕ ਹੈ। ਇੰਟੂ ਇੰਟੂ ਲਿਖ ਕੇ ਇਹ ਪਾਵਰ ਮੈਂ ਤੁਹਾਨੂੰ ਦੱਸਿਆ ਸੀ ਕਿ ਨੈਗੇਟਿਵ 'ਚ ਚਲੀ ਜਾਂਦੀ ਹੈ, ਵਨ ਅਪੋਨ ਐਕਸ, ਐਕਸ ਇਨਵਰਸ ਦਾ ਮਤਲਬ ਹੁੰਦਾ ਵਨ ਅਪੋਨ ਐਕਸ। ਤਾਂ ਇਹ ਪਾਵਰ ਮੈਂ ਉੱਪਰ ਨੈਗੇਟਿਵ 'ਚ ਲਿਖ ਸਕਦੀ ਹਾਂ ਵਾਈ ਰੇਸ ਟੂ ਪਾਵਰ ਮਾਈਨਸ ਐਕਸ ਅਪੋਨ ਵਾਈ, ਵਾਈ ਰੇਸ ਟੂ ਪਾਵਰ ਮਾਈਨਸ ਐਕਸ ਅਪੋਨ ਵਾਈ। ਤਾਂ ਇਹਦੇ ਨਾਲ ਕੀ ਹੋ ਗਿਆ, ਐਕਸ ਰੇਸ ਟੂ ਪਾਵਰ ਐਕਸ ਵਨ ਅਪੋਨ ਵਾਈ ਇੰਟੂ ਵਾਈ ਰੇਸ ਟੂ ਪਾਵਰ ਮਾਈਨਸ ਐਕਸ, ਵਾਈ ਰੇਸ ਟੂ ਪਾਵਰ ਮਾਈਨਸ ਐਕਸ ਅਪੋਨ ਵਨ ਅਪੋਨ ਵਾਈ, ਠੀਕ ਹੈ। ਤਾਂ ਇੱਥੇ ਤੁਹਾਡੇ ਕੋਲ ਬਣ ਜਾਣਾ ਐਕਸ ਰੇਸ ਟੂ ਪਾਵਰ ਐਕਸ ਹੀ ਆ, ਇਹਦੀ ਹੋਲ ਪਾਵਰ ਵਨ ਅਪੋਨ ਵਾਈ ਇੰਟੂ ਇਹ ਤੁਹਾਨੂੰ ਦਿੱਤਾ ਐਕਸ ਰੇਸ ਟੂ ਪਾਵਰ ਵਾਈ, ਇਹਦੇ ਸਾਰੇ ਦੀ ਪਾਵਰ ਕੀ ਆ ਵਨ ਅਪੋਨ ਵਾਈ ਆ, ਵਾਈ ਨਾਲ ਵਾਈ ਕੈਂਸਲ। ਤਾਂ ਇੱਥੇ ਤੁਹਾਡੇ ਕੋਲ ਹੈਗਾ ਐਕਸ ਰੇਸ ਟੂ ਪਾਵਰ ਐਕਸ ਵਟਾ ਵਾਈ, ਨਾਲ ਕੀ ਆ ਜਾਣਾ ਤੁਹਾਡੇ ਕੋਲ ਪਲੱਸ ਵਨ ਹੋ ਜਾਣਾ, ਕਿਉਂਕਿ ਸੇਮ ਨੰਬਰ ਮਲਟੀਪਲਾਈ ਹੋ ਰਹੇ ਆ, ਮਾਈਨਸ ਵਨ ਹੋ ਜਾਣਾ, ਠੀਕ ਹੈ ਮਾਈਨਸ ਵਨ। ਤਾਂ ਐਕਸ ਰੇਸ ਟੂ ਪਾਵਰ ਐਕਸ ਮਾਈਨਸ ਵਾਈ ਅਪੋਨ ਵਾਈ। ਤਾਂ ਹਾਂਜੀ ਇਹਦੇ ਵਿੱਚ ਆਪਣਾ ਆਂਸਰ ਨਹੀਂ ਹੈ ਜਿਹੜਾ ਮੈਚ ਹੋ ਰਿਹਾ, ਇੱਕ ਵਾਰ ਦੁਬਾਰਾ ਚੈੱਕ ਕਰ ਲੈਂਦੇ ਹਾਂ ਸਾਹਮਣੇ। ਹਾਂਜੀ ਇੱਥੇ ਤੁਹਾਨੂੰ ਦਿੱਤਾ ਐਕਸ ਰੇਸ ਟੂ ਪਾਵਰ ਐਕਸ ਅਤੇ ਅਪੋਨ ਵਾਈ, ਵਾਈ ਰੇਸ ਟੂ ਪਾਵਰ ਐਕਸ ਅਪੋਨ ਵਾਈ, ਵਾਈ ਰੇਸ ਟੂ ਪਾਵਰ ਐਕਸ ਅਪੋਨ ਵਾਈ। ਵਾਈ ਪਾਵਰ ਐਕਸ ਗਿਵਨ ਆ ਮੈਨੂੰ ਅਤੇ ਐਕਸ ਪਾਵਰ ਵਾਈ ਵੀ ਗਿਵਨ ਆ, ਜਾਂ ਤਾਂ ਤੁਸੀਂ ਐਕਸ ਐਕਸ ਰੇਸ ਟੂ ਪਾਵਰ ਐਕਸ ਅਪੋਨ ਵਾਈ ਹੀ ਲਿਖਿਆ, ਅਤੇ ਵਾਈ ਦੀ ਪਾਵਰ ਐਕਸ ਨੂੰ ਮੈਂ ਇੱਥੇ ਲਿਖ ਲਿਆ ਐਕਸ ਰੇਸ ਟੂ ਪਾਵਰ ਵਾਈ ਦੀ ਪਾਵਰ ਵਾਈ, ਠੀਕ ਹੈ ਵਨ ਅਪੋਨ ਵਾਈ। ਸੇਮ ਪਹਿਲਾਂ ਵਾਂਗ ਹੀ ਕੀਤਾ ਮੈਂ, ਪਾਵਰ ਨੂੰ ਅੰਦਰ ਸ਼ਿਫਟ ਕੀਤਾ, ਵਾਈ ਨਾਲ ਵਾਈ ਕੈਂਸਲ ਹੋ ਗਿਆ, ਸੇਮ ਨੰਬਰ ਡਿਵਾਈਡ ਹੋ ਰਹੇ ਆ ਤਾਂ ਪਾਵਰ ਕੀ ਹੋ ਗਈ ਮਾਈਨਸ ਹੋ ਗਈ।
ਠੀਕ ਹੈ, ਇੱਥੇ ਪਾਵਰ 1 ਰਹਿ ਗਈ ਤਾਂ ਇੱਥੇ ਬਣ ਗਿਆ ਤੁਹਾਡੇ ਕੋਲ x ਰੇਸ ਟੂ ਪਾਵਰ x ਤੇ x ਰੇਸ ਟੂ ਪਾਵਰ ਮਾਈਨਸ 1, x ਰੇਸ ਟੂ ਪਾਵਰ x ਮਾਈਨਸ y ਅਪੋਨ x, ਤਾਂ ਇਹ ਤੁਹਾਡੇ ਕੋਲ ਬਣ ਜਾਣਾ ਇੱਥੇ x ਰੇਸ ਟੂ ਪਾਵਰ 1 ਮਾਈਨਸ y ਅਪੋਨ x, 1 ਮਾਈਨਸ y ਅਪੋਨ x। ਹੋ ਸਕਦਾ ਮੈਂ ਸਟੇਟਮੈਂਟ ਲਿਖਣ ਲੱਗੀ ਨੇ ਕੋਈ ਨਾ ਕੋਈ ਮਿਸਟੇਕ ਕਰ ਦਿੱਤੀ ਹੋਵੇ, ਠੀਕ ਹੈ, ਆਪਸ਼ਨ ਗਲਤ ਲਿਖੀਆਂ, ਆਪਸ਼ਨ ਗਲਤ ਲਿਖੀਆਂ ਮੈਂ, ਆਪਸ਼ਨ ਹੈਗੀ ਆ ਜੀ ਤੁਹਾਡੇ ਕੋਲ ਏ ਆਪਸ਼ਨ ਆ, ਸਮ ਦੇ ਵਿੱਚ ਕੋਈ ਮਿਸਟੇਕ ਨਹੀਂ ਸੀਗੀ, ਆਪਸ਼ਨਸ ਗਲਤ ਲਿਖੀਆਂ ਵਾ, ਬਾਈ ਮਿਸਟੇਕ ਆਪਸ਼ਨਸ ਗਲਤ ਲਿਖੀਆਂ ਗਈਆਂ, ਅਤੇ ਦੇਖ ਸਕਦੇ ਹੋ ਤੁਸੀਂ ਆਪਸ਼ਨ ਤੁਹਾਡੇ ਸਾਹਮਣੇ ਸਹੀ ਮੈਂ ਲਿਖ ਦਿੱਤੀਆਂ। ਸਮ ਆਪਣਾ ਇੱਥੇ ਹੀ ਸੋਲਵ ਹੋ ਗਿਆ ਕਿ x ਰੇਸ ਟੂ ਪਾਵਰ x ਅਪੋਨ y ਮਾਈਨਸ 1। ਮੈਂ ਆਪਸ਼ਨ ਲਿਆਉਣ ਦੇ ਲਈ ਅਗਲਾ ਪ੍ਰੋਸੈਸ ਕੀਤਾ ਕਿ ਹੋ ਸਕਦਾ ਇਸ ਤਰ੍ਹਾਂ ਆਪਸ਼ਨਸ ਆਈਆਂ ਹੋਣ, ਪਰ ਇੱਥੇ ਤਾਂ ਆਪਣਾ ਸਮ ਆ ਜਿਹੜਾ ਖਤਮ ਹੋ ਗਿਆ। ਮੈਂ ਦੂਸਰੀ ਵਾਰੀ ਸਮ ਕਰਵਾ ਦਿੱਤਾ ਹੈ, ਦੂਸਰੀ ਵਾਰੀ ਵੀ ਸੇਮ ਆਨਸਰ ਆਇਆ, ਤਾਂ ਆਪਸ਼ਨ ਗਲਤ ਲਿਖੀਆਂ ਹੋਈਆਂ ਸੀ ਮੈਂ, ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਹੁਣ ਜਿਹੜੀਆਂ ਮੈਂ ਆਪਸ਼ਨ ਲਿਖੀਆਂ ਸੀਗੀਆਂ ਪਹਿਲਾਂ ਉਹ ਕਿਸੇ ਹੋਰ ਸਮ ਦੀਆਂ ਸੀ, ਅਤੇ ਉਹ ਵੀ ਮੈਂ ਤੁਹਾਡੇ ਸਾਹਮਣੇ ਲਿਖਣ ਲੱਗੀ ਹਾਂ, ਉਹ ਸਮ ਪਹਿਲਾਂ ਕਰਵਾ ਦਿੰਦੀ ਹਾਂ। ਉਹ ਮੇਰੇ ਕੋਲ ਸਮ ਨੰਬਰ 10 ਲਿਖਿਆ ਵਾ, ਪਰ ਇਹ 7 ਸੀਗਾ, ਠੀਕ ਹੈ, ਅਤੇ ਉਹ 10ਵਾਂ ਸਵਾਲ ਸੀ ਜੀ ਜਿਹਦੀਆਂ ਮੈਂ ਆਪਸ਼ਨਸ ਲਿਖੀਆਂ ਸੀਗੀਆਂ ਪਹਿਲਾਂ ਬਾਏ ਮਿਸਟੇਕ। ਤਾਂ 10ਵੇਂ ਸਵਾਲ ਦੀ ਸਟੇਟਮੈਂਟ ਮੈਂ ਇੱਥੇ ਲਿਖ ਕੇ ਉਹ ਦੁਬਾਰਾ ਕਰਵਾ ਰਹੀ ਹਾਂ ਹੁਣ, ਫਿਰ ਪਹਿਲਾਂ 10ਵਾਂ ਹੀ। ਤਾਂ ਏ ਪਾਵਰ ਐਕਸ ਰੇਸ ਟੂ ਪਾਵਰ ਵਾਈ, ਦੈਨ ਐਕਸ ਰੇਸ ਟੂ ਪਾਵਰ ਵਾਈ ਮਾਈਨਸ 1 ਐਂਡ ਵਾਈ ਰੇਸ ਟੂ ਪਾਵਰ ਐਕਸ ਮਾਈਨਸ 1, ਇਹਨੂੰ ਸੋਲਵ ਕਰਨਾ, ਠੀਕ ਹੈ। ਤਾਂ ਇਹਦੀਆਂ ਪਾਵਰ ਉਹ ਪਹਿਲਾਂ ਵਾਲੀਆਂ ਦਿੱਤੀਆਂ ਹੋਈਆਂ ਜਿਹੜੀਆਂ ਮੈਂ ਪਹਿਲਾਂ ਵਾਈ ਮਿਸਟੇਕ ਬੋਰਡ 'ਤੇ ਲਿਖੀਆਂ ਸੀ, ਏ ਰੇਸ ਟੂ ਪਾਵਰ ਬੀ ਦੀ ਪਾਵਰ, ਬੀ ਤੁਹਾਨੂੰ ਦਿੱਤੀ ਹੈ ਆਪਸ਼ਨ ਵਾਈ ਪਾਵਰ ਐਕਸ, ਸੀ ਦਿੱਤੀ ਹੈ ਐਕਸ ਪਾਵਰ ਵਾਈ, ਡੀ ਆਪਸ਼ਨ ਦਿੱਤੀ ਆ ਐਕਸ ਵਾਈ। ਇਹ ਆਪਸ਼ਨ ਸੀਗੀਆਂ ਜੀ ਜਿਹੜੀਆਂ ਮੈਂ ਪਹਿਲਾਂ ਲਿਖੀਆਂ ਵਾਂ 10ਵੇਂ ਸਵਾਲ ਦੀਆਂ। ਤਾਂ ਹੁਣ ਦੇਖੋ ਇਹ ਸਮ ਨੂੰ ਪਹਿਲਾਂ ਸੋਲਵ ਕਰਦੇ ਹਾਂ, ਠੀਕ ਹੈ, ਵਿੱਚ 2 ਸਮ ਰਹਿ ਗਏ ਆਪਣੇ। ਤਾਂ ਗਿਵਨ ਕੰਡੀਸ਼ਨ ਕੀ ਆ, ਜਿਹੜੀ ਚੀਜ਼ ਗਿਵਨ ਆ ਉਹਨੇ ਪਹਿਲਾਂ ਵਰਤੀ ਜਾਣਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਬ੍ਰੈਕਿਟ ਹੋਵੇ, ਬ੍ਰੈਕਿਟ ਦੇ ਵਿੱਚ ਹੋਲ ਪਾਵਰ ਵਾਈ ਲਿਖਿਆ, ਤਾਂ ਏ ਰੇਸ ਟੂ ਪਾਵਰ ਐਕਸ ਵਾਈ ਪਾਵਰ ਆਪਸ 'ਚ ਮਲਟੀਪਲਾਈ ਹੋ ਜਾਂਦੀਆਂ। ਤਾਂ ਏ ਰੇਸ ਟੂ ਪਾਵਰ ਐਕਸ, ਇਹਦੀ ਪਾਵਰ ਵਾਈ ਅੱਗੇ ਦਿੱਤੀ ਹੋਈ ਹੈ, ਇਹ ਮਲਟੀਪਲਾਈ ਨਹੀਂ ਹੋਣਗੀਆਂ ਕਿਉਂਕਿ ਇੱਥੇ ਬ੍ਰੈਕਿਟ ਨਹੀਂ ਗੀ, ਠੀਕ ਹੈ, ਏ ਰੇਸ ਟੂ ਪਾਵਰ ਐਕਸ ਰੇਸ ਟੂ ਪਾਵਰ ਵਾਈ। ਹੁਣ ਦੇਖੋ ਬੇਸ ਸੇਮ ਆ, ਬੇਸ ਬਰਾਬਰ ਆ, ਨੰਬਰ ਬਰਾਬਰ ਆ, ਤਾਂ ਪਾਵਰ ਵੀ ਕੀ ਹੋਣਗੀਆਂ, ਬਰਾਬਰ ਹੋਣਗੀਆਂ। ਇਹ ਕਲੀਅਰ, ਮਤਲਬ ਇਹ ਕੰਸੈਪਟ ਵਿੱਚ ਵਰਤਿਆ ਜਾਣਾ। ਹੁਣ ਅਸੀਂ ਆਉਂਦੇ ਹਾਂ ਕਿ ਜਿਹੜੀ ਚੀਜ਼ ਅਸੀਂ ਪਤਾ ਕਰਨੀ ਆ, ਐਕਸ ਰੇਸ ਟੂ ਪਾਵਰ ਵਾਈ ਮਾਈਨਸ 1, ਵਾਈ ਰੇਸ ਟੂ ਪਾਵਰ ਐਕਸ ਮਾਈਨਸ 1। ਜਦੋਂ ਸੇਮ ਨੰਬਰ ਮਲਟੀਪਲਾਈ ਹੋਣ ਤਾਂ ਪਾਵਰ ਐਡ ਹੋ ਜਾਂਦੀਆਂ, ਅਤੇ ਇੱਥੇ ਪਾਵਰ ਐਡ ਹੋ ਰਹੀਆਂ, ਮੈਂ ਇਹਨਾਂ ਨੂੰ ਸੇਮ ਮਲਟੀਪਲਾਈ 'ਚ ਲਿਖ ਸਕਦੀ ਹਾਂ। ਜਦੋਂ ਸੇਮ ਨੰਬਰ, ਮੈਂ ਸਿਰਫ ਇਹਨੂੰ ਲਿਖ ਰਹੀ ਹਾਂ ਐਕਸ ਪਾਵਰ ਵਾਈ ਮਾਈਨਸ 1 ਨੂੰ, ਠੀਕ ਹੈ। ਜਦੋਂ ਸੇਮ ਨੰਬਰ ਮਲਟੀਪਲਾਈ ਹੋਣਗੇ ਤਾਂ ਪਾਵਰ ਐਡ ਹੋ ਜਾਣਗੀਆਂ, ਸੇਮ ਤੇਰੇ ਤੁਹਾਡੇ ਕੋਲ ਇਹੀ ਕੰਸੈਪਟ ਬਣੂਗਾ, ਐਕਸ ਰੇਸ ਟੂ ਪਾਵਰ ਵਾਈ ਮਾਈਨਸ 1 ਜਦੋਂ ਇਹ ਮਲਟੀਪਲਾਈ ਹੋਣਗੇ, ਠੀਕ ਹੈ, ਇੰਟੂ ਸੇਮ ਇੱਦਾਂ ਹੀ ਵਾਈ ਨੂੰ ਕਨਵਰਟ ਕਰ ਸਕਦੀ ਹਾਂ, ਵਾਈ ਰੇਸ ਟੂ ਪਾਵਰ ਐਕਸ ਅਤੇ ਵਾਈ ਮਾਈਨਸ 1। ਜਦੋਂ ਸੇਮ ਨੰਬਰ ਮਲਟੀਪਲਾਈ ਹੋ ਰਹੇ ਆ, ਪਾਵਰ ਐਡ ਹੋ ਜਾਣਗੀਆਂ, ਬੈਕ ਸਟੈਪ ਤੁਹਾਡੇ ਕੋਲ ਬਣੂਗਾ, ਠੀਕ ਹੈ, ਕਿਉਂਕਿ ਪਾਵਰ ਐਡ ਕਰੋਗੇ ਪਲੱਸ ਮਾਈਨਸ ਮਾਈਨਸ ਐਕਸ ਮਾਈਨਸ 1 ਆਊਗਾ ਵਾਈ ਰੇਸ ਟੂ ਪਾਵਰ ਐਕਸ। ਹੁਣ ਐਕਸ ਰੇਸ ਟੂ ਪਾਵਰ ਵਾਈ ਕਿਹਦੇ ਇਕੁਅਲ ਦਿੱਤਾ ਵਾ, ਐਕਸ ਵਾਈ ਦੇ। ਐਕਸ ਰੇਸ ਟੂ ਪਾਵਰ ਵਾਈ ਕਿਹਦੇ ਇਕੁਅਲ ਦਿੱਤਾ ਵਾ, ਗਿਵਨ ਕੰਡੀਸ਼ਨ ਸੀਗੀ ਐਕਸ ਵਾਈ ਦੇ, ਤਾਂ ਮੈਂ ਵਿੱਚ ਭਰਤਾ
ਐਕਸ ਇਨਵਰਸ ਨੂੰ ਮੈਂ ਕੀ ਲਿਖ ਸਕਦੀ ਹਾਂ? ਮੈਂ ਬਾਰ ਬਾਰ ਦੱਸਿਆ ਕਿ ਐਕਸ ਇਨਵਰਸ ਦਾ ਮਤਲਬ ਹੁੰਦਾ 1/x, ਤਾਂ ਐਕਸ ਇਨਵਰਸ ਨੂੰ ਮੈਂ ਲਿਖਤਾ 1/x, ਠੀਕ ਹੈ, ਗੁਣਾ y/x ਇੰਟੂ ਵਾਈ ਇਨਵਰਸ ਦਾ ਮਤਲਬ ਕੀ ਹੁੰਦਾ? 1/y, 1/y, ਅਤੇ ਗੁਣਾ 'ਚ ਪਿਆ ਵਾਈ ਨਾਲ ਵਾਈ ਕੈਂਸਲ, ਐਕਸ ਨਾਲ ਐਕਸ ਕੈਂਸਲ, ਆਂਸਰ ਆ ਗਿਆ y^(x). ਆਪਸ਼ਨ ਬੀ ਇੱਥੇ ਰਾਈਟ ਆਂਸਰ ਹੈ, ਅਤੇ ਇਹ ਆਪਸ਼ਨ ਮੈਂ ਪਹਿਲਾਂ ਵਾਲੇ ਸਮਝ ਸ਼ਿਫਟ ਕੀਤੀ ਸੀ ਗਲਤੀ ਨਾਲ, ਠੀਕ ਹੈ। ਹੁਣ ਇਹ ਸਮਝ ਆ ਗਏ, ਤੁਹਾਨੂੰ ਉਮੀਦ ਕਰਦੀ ਹਾਂ ਕਿ ਦੋਨੋਂ ਸਮਝ ਆ ਗਏ ਹੋਣਗੇ। ਜੇ ਕਿਸੇ ਸਟੂਡੈਂਟਸ ਨੇ ਕੁਛ ਪੁੱਛਣਾ ਤਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ। ਹਾਂਜੀ, ਈਵਨਿੰਗ ਟਾਈਮ ਜੇ ਲਾਈਵ ਹੋ ਸਕਿਆ ਤਾਂ ਮੈਂ ਜ਼ਰੂਰ ਸ਼ਿਫਟ ਕਰੂੰਗੀ ਆਪਣਾ ਟਾਈਮ, ਪਰ ਹਜੇ ਆਪਣੀ ਕਲਾਸ ਸੁਬਾਹ ਹੀ ਹੋਊਗੀ, ਜ਼ਿਆਦਾਤਰ ਸੰਡੇ ਹੋਊਗੀ। ਅੱਜ ਦੀ ਤਾਂ ਸਕੂਲ ਤੋਂ ਛੁੱਟੀ ਸੀਗੀ, ਇਸ ਕਰਕੇ ਆਪਾਂ ਕਲਾਸ ਲਗਾ ਲਈ ਹੈ। ਲੇਬਰ ਡੇ ਦੀ ਛੁੱਟੀ ਸੀਗੀ, ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਆ 1 ਮਈ ਦਾ, ਠੀਕ ਹੈ, ਅਤੇ ਕਲਾਸ ਆਪਣੀ ਲਾਈਵ ਸੰਡੇ ਹੀ ਹੋਊਗੀ। ਅੱਗੇ ਆਪਾਂ, ਹਾਂਜੀ, ਅੱਗੇ ਆਪਾਂ 8th ਸਮ ਕਰਦੇ ਹਾਂ। 9^3 ਪਲੱਸ 3/4, ਇਹ ਮੈਨੂੰ ਲੱਗਦਾ ਮੈਂ ਤੁਹਾਨੂੰ ਪਹਿਲਾਂ ਕਰਵਾ ਦਿੱਤਾ ਹੋਇਆ ਹੈ ਸੈਕਿੰਡ ਸਮ ਦੇ ਵਿੱਚ। ਅੱਗੇ ਇੱਕ ਬਹੁਤ ਇੰਪੋਰਟੈਂਟ ਸਮ ਕਰਨਾ 9th, ਹਾਂਜੀ 9th ਸਮ, ਇਹਦੇ ਵਿੱਚ ਮਤਲਬ ਕਿ ਬਹੁਤ ਇੰਪੋਰਟੈਂਟ ਆ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਅਤੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਹੀ ਆਉਂਦਾ ਵਾ। 12^4 ਮਾਈਨਸ 16^4 ਮਾਈਨਸ 1 ਡਿਵਾਈਡਡ ਬਾਏ 4^m ਪਲੱਸ 4^m ਮਾਈਨਸ 2, ਇਹਦੀਆਂ ਤੁਹਾਨੂੰ ਆਪਸ਼ਨਸ ਦਿੱਤੀਆਂ ਵਾ 784, 878, 626, 862। ਹਾਂਜੀ, ਇਹਦੇ ਵਿੱਚ ਦੇਖੋ ਤੁਹਾਨੂੰ ਆਪਸ਼ਨ ਦੇ ਵਿੱਚ ਕਿਤੇ ਵੀ m ਦਿਖ ਰਿਹਾ, ਮਤਲਬ ਇੱਥੇ ਹੀ ਆਪਾਂ m ਖਤਮ ਕਰ ਦੇਣਾ, ਤਾਂ 4^m ਮੈਂ ਬਾਹਰ ਕੱਢ ਲਿਆ, ਉੱਪਰੋਂ ਵੀ ਕੋਮਨ, 4^m ਬਾਹਰ ਕੱਢ ਲਿਆ ਮੈਂ ਹੇਠੋਂ ਵੀ ਕੋਮਨ, ਠੀਕ ਹੈ, ਡਿਨੋਮੀਨੇਟਰ 'ਚੋਂ, ਤਾਂ 4^m ਤਾਂ ਬਾਹਰ ਆ ਗਿਆ ਮਗਰ ਕੀ ਰਹਿ ਗਿਆ 1, ਪਲੱਸ 4^m ਤਾਂ ਬਾਹਰ ਆ ਗਿਆ ਮਗਰ ਕੀ ਰਹਿ ਗਿਆ ਮਾਈਨਸ 2, ਕਿਉਂਕਿ ਜਦੋਂ ਸੇਮ ਨੰਬਰ ਮਲਟੀਪਲਾਈ ਹੋਣਗੇ ਪਾਵਰ ਐਡ ਹੋ ਜਾਊਗੀ ਅਤੇ ਬੈਕ ਸਟੈਪ ਇਹੀ ਬਣੂਗਾ ਤੁਹਾਡੇ ਕੋਲ, ਠੀਕ ਹੈ। ਫਿਰ ਉੱਪਰ ਕੀ ਰਹਿ ਜਾਣਾ 69 ਪਲੱਸ 12 4^3 ਮਾਈਨਸ 16 ਗੁਣਾ 4^ ਮਾਈਨਸ 1 ਰਹਿ ਜਾਣਾ, ਅਤੇ ਇਹਦਾ ਮਤਲਬ ਕੀ ਹੈ 1/4, ਤਾਂ ਮੈਂ 1/4 ਇੱਥੇ ਲਿਖ ਰਹੀ ਹਾਂ, ਕਲੀਅਰ। ਹੁਣ ਦੇਖੋ ਚੌਕਮ ਚੌਕੀ 16 4^3, ਜਦੋਂ ਮੈਂ ਇਹਨੂੰ ਸੋਲਵ ਕਰੂੰਗੀ 4^3, ਚੌਕਮ ਚੌਕੀ 16, 16 × 64 ਬਣ ਜੂਗਾ, 64 ਨੂੰ 12 ਨਾਲ ਗੁਣਾ ਕਰਕੇ ਜਲਦੀ ਕਮੈਂਟ ਬਾਕਸ ਦੇ ਵਿੱਚ ਲਿਖੋ, ਮੈਂ 19 ਦੇਰ ਅਗਲਾ ਸਟੈਪ ਕਰਦੀ ਹਾਂ। 4^m ਨਾਲ 4^m ਕੈਂਸਲ, ਠੀਕ ਹੈ, ਇੱਥੇ ਬਣ ਗਿਆ ਤੁਹਾਡੇ ਕੋਲ 69 ਪਲੱਸ 64 ਨੂੰ 12 ਨਾਲ ਗੁਣਾ ਕੀਤਾ, ਇਹ ਬਣ ਗਿਆ ਤੁਹਾਡੇ ਕੋਲ 768, ਠੀਕ ਹੈ ਜੀ, 64 ਨੂੰ 12 ਨਾਲ ਗੁਣਾ ਕੀਤਾ 768 ਮਾਈਨਸ 4। ਅੱਗੇ ਪਹਿਲਾਂ ਆਪਾਂ ਇਹਨੂੰ ਇੰਨੇ ਪਾਰਟ ਨੂੰ ਹੀ ਸੋਲਵ ਕਰਦੇ ਹਾਂ, ਤਾਂ 69 ਇਹਦੇ ਵਿੱਚ ਐਡ ਕਰ ਦਿਉ, 69 ਐਡ ਕੀਤਾ ਅਤੇ 17 6/6 12 ਅਤੇ 1/13 837 ਬਣ ਗਏ। ਇਹ 'ਚੋਂ 4 ਮਾਈਨਸ ਕਰ ਦਿਉ, ਕਿਉਂਕਿ ਇੱਥੇ 4 ਮਾਈਨਸ ਪਿਆ ਵਾ, ਇਹ 'ਚੋਂ 4 ਮਾਈਨਸ ਕਰੋਗੇ ਤਾਂ ਇਹ ਤੁਹਾਡੇ ਕੋਲ ਰਹਿ ਜਾਣਾ 833, ਠੀਕ ਹੈ, 833 ਆ ਗਿਆ।
ਹੁਣ ਅੱਗੇ ਆਪਾਂ ਕਰਦੇ ਹਾਂ ਫਰੈਕਸ਼ਨ ਸੋਲਵ। ਹੇਠਾਂ ਡਿਨੋਮੀਨੇਟਰ ਦੇ ਵਿੱਚ 1+1/4 ਦੀ ਪਾਵਰ 2 ਪਿਆ, ਕਿਉਂਕਿ ਮੈਂ ਤੁਹਾਨੂੰ ਦੱਸਿਆ 4 ਇਨਵਰਸ ਦਾ ਮਤਲਬ 1/4 ਹੈ, ਇੱਥੇ ਪਾਵਰ 2 ਵੀ ਹੋ ਸਕਦਾ, ਅਤੇ ਇਹਦਾ ਮਤਲਬ 1/2। ਤਾਂ ਹੁਣ 1/2 ਦਾ ਮਤਲਬ ਕੀ ਆ, ਚੌਕਮ ਚੌਕੀ 16, ਇਹਨੂੰ ਤੁਸੀਂ ਸੋਲਵ ਕਰੋਗੇ ਕਿੰਨਾ ਬਣ ਜੂਗਾ ਐਲਸੀਅਮ ਲੈ ਕੇ, 16 ਅਤੇ 1 17/16। ਠੀਕ ਹੈ, ਤਾਂ ਹੇਠਾਂ ਤੁਹਾਡੇ ਕੋਲ ਆ, ਇਹ ਸਿੰਪਲ ਨੰਬਰ ਸੀ, ਇਹਦੇ 'ਚ ਮੈਂ 1 ਲਗਾ ਲਿਆ। ਠੀਕ ਹੈ, ਉਸ ਤੋਂ ਬਾਅਦ ਇਹ ਬਣ ਗਿਆ 17/16। ਤਾਂ ਉੱਪਰ ਵਾਲੇ ਨੰਬਰ ਆਪਸ 'ਚ ਮਲਟੀਪਲਾਈ ਹੋ ਜਾਣਗੇ, ਹੇਠਾਂ ਵਾਲੇ ਨੰਬਰ ਆਪਸ 'ਚ ਮਲਟੀਪਲਾਈ ਹੋਣਗੇ। 17 ਨੂੰ 16 'ਤੇ ਡਿਵਾਈਡ ਕਰੋਗੇ 800, ਪਹਿਲਾਂ ਤੁਸੀਂ ਆਪਾਂ 16 ਨਾਲ ਗੁਣਾ ਕਰ ਲੈਂਦੇ ਹਾਂ 833 ਨੂੰ। ਠੀਕ ਹੈ, 16 ਨਾਲ ਗੁਣਾ ਕਰੋਗੇ 8, 8 3 6 3 18, 18 'ਤੇ 1 19, 8 6 48 'ਤੇ 49। ਹਾਂਜੀ, 833 ਨੂੰ 16 ਨਾਲ ਮਲਟੀਪਲਾਈ ਕਰਨੀ ਹੈ, ਨਾ ਕਿ 17 ਨਾਲ, ਕਿਉਂਕਿ 833 ਫਰੈਕਸ਼ਨ 'ਚ ਪਿਆ ਵਾ ਤੁਹਾਡੇ ਕੋਲ 833/16। ਠੀਕ ਹੈ, ਇਹਨਾਂ ਨੂੰ ਗੁਣਾ ਕਰੋਗੇ, ਬਟਾ ਬਾਅਦ 'ਚ ਕਰਨਾ 17 ਨਾਲ, 833। ਆ ਫਰੈਕਸ਼ਨ ਆ, ਜਦੋਂ ਦੋ ਫਰੈਕਸ਼ਨ ਨੂੰ ਸੋਲਵ ਕਰਨਾ, ਸਭ ਤੋਂ ਹੇਠਾਂ ਅਤੇ ਉੱਪਰ ਵਾਲਾ ਆਪਸ 'ਚ ਮਲਟੀਪਲਾਈ ਹੋਣਗੇ। ਹਾਂਜੀ, ਜਦੋਂ ਤੁਸੀਂ 17 'ਤੇ ਇਹਨੂੰ ਕੱਟ ਕਰੋਗੇ, ਇੱਥੇ ਤੁਹਾਡੇ ਕੋਲ 49 ਆ ਜਾਣਾ। ਠੀਕ ਹੈ, 49 × 16, 49 ਨੂੰ 16 ਨਾਲ ਗੁਣਾ ਕਰੋ ਜਲਦੀ ਨਾਲ, ਤਾਂ ਇੱਥੇ ਤੁਹਾਡੇ ਕੋਲ ਬਣ ਜਾਣਾ 784। ਠੀਕ ਹੈ, ਆਪਸ਼ਨ ਏ ਇੱਥੇ ਰਾਈਟ ਆਨਸਰ ਹੈ, 784 ਤੁਹਾਡਾ ਆਨਸਰ ਆ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ, ਅਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।